ਤੇ ਉਗਣਾ ਉਹ ਇਹ ਜੋ ਅਸੀਂ ਬੀਜਣਾ ਹੈ। ਇਹ ਸਰੀਰ ਜਿਹੜਾ ਹੈ ਨਾ ਇਹ ਵੀ ਇੱਕ ਜ਼ਮੀਨ ਹੈ, ਇਹ ਸਰੀਰ ਵੀ ਇੱਕ ਖੇਤ ਹੈ। ਇਹਦੇ ਵਿੱਚ ਜੋ ਜੋ ਬੀਜਿਆ ਉਹ ਉਗਣਾ ਹੈ। ਬਾਬਾ ਫਰੀਦ ਜੀ ਨੇ ਬੜੇ ਸੋਹਣੇ ਢੰਗ ਨਾਲ ਦੱਸ ਦਿੱਤਾ, ਕਿਰਸਾਨੀ ਦੀ ਭਾਸ਼ਾ ਨਾਲ ਦੱਸ ਦਿੱਤਾ, ਜ਼ਿਮੀਦਾਰ ਦੀ ਭਾਸ਼ਾ ਨਾਲ ਬੋਲ ਕੇ ਦੱਸ ਦਿੱਤਾ। Yeah.
ਬਜੋਰ ਦੀਆਂ ਦਾਖਾਂ ਭਾਲਣਾ ਜਿਹਨੂੰ ਸੌਗੀ ਕਹਿ ਲਈਦਾ ਜੀ ਅੰਗੂਰ ਸੁਕਾ ਕੇ ਬਜੋਰ ਦੇ ਬਹੁਤ ਵਧੀਆ ਮੰਨੇ ਗਏ ਆਂਦੇ ਬਜੋਰ ਦੀਆਂ ਦਾਖਾਂ ਮੰਗਦਾ ਕਿੱਕਰ ਬੀਜੈ ਜੱਟ ਕਿੱਕਰਾਂ ਦੀ ਖੇਤੀ ਕਰਕੇ ਕਿੱਕਰ ਬੀਜ ਕੇ ਤੇ ਇਹ ਸੋਚੇ ਵੀ ਹੁਣ ਬਜੋਰ ਦੀਆਂ ਦਾਖਾਂ ਮਿਲਣਗੀਆਂ ਆਸਾ ਦੀ ਵਾਰ ਸੁਣੀਏ ਤੁਸਾਂ ਬੀਜੈ ਵਿਖ ਮੰਗੈ ਵੇਖੋ ਇਹ ਆਸਾ ਦੀ ਵਾਰ ਚ ਆਇਆ ਹੋਏਗਾ ਆਂਦੇ ਤੂੰ ਬਜੋਰ ਦੀਆਂ ਦਾਖਾਂ ਲੱਭਣੇ ਕਿੱਕਰ ਬੀਜ ਕੇ ਅਗਲੀ ਤੁਕ ਚੰਦ ਨੇ ਅੰਡੇ ਉਨ ਕਤਾਏ ਦਾ ਅੰਡੇ ਦਾ ਮਤਲਬ ਫਿਰਦਾ ਪਤਾਉਂਦਾ ਫਿਰਦਾ ਉਨ ਕੱਤ ਕੇ ਖਾਦੀ ਬਣਾ ਕੇ ਤੇ ਰੇਸ਼ਮ ਭਾਲੇ ਫਰੇਜਿਆਂ ਦੇ ਹੋ ਨਹੀਂ ਸਕਦਾ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਤੈਨੂੰ ਵੱਢਣਾ ਪੈਣਾ ਹੈ ਜਿੱਥੇ ਇਸ ਜ਼ਮੀਨ ਇਸ ਸਰੀਰ ਨੂੰ ਜ਼ਮੀਨ ਕਿਹਾ ਨਾ ਕਬੀਰ ਜੀ ਆਂਦੇ ਨੇ ਕਬੀਰ ਬੇੜਾ ਜਰਜਰਾ ਆਂਦੇ ਫੂਟੇ ਛੇਕ ਹਜ਼ਾਰ ਭਾਵ ਗਿਆਨ ਇੰਦਰੀਆਂ ਦੀ ਗੱਲ ਕੀਤੀ ਹੈ ਜੀ ਆਂਦੇ ਸਰੀਰ ਤੇਰਾ ਬੇੜਾ ਹੈ ਇਹਦੇ ਚ ਹਜ਼ਾਰਾਂ ਸ਼ਿਦਰ ਨੇ ਗਿਆਨ ਇੰਦਰੀਆਂ ਦੀ ਗੱਲ ਕੀਤੀ ਆਂਦੇ ਇਹਨਾਂ ਗਿਆਨ ਇੰਦਰੀਆਂ ਦੇ ਵਿੱਚ ਇਸ ਬੇੜੇ ਵਿੱਚ ਅਨੇਕਾਂ ਛੇਦ ਨੇ ਤੇ ਸਬੈਕੀ ਇਹਨਾਂ ਛੇਦਾਂ ਥਾਈ ਪਾਣੀ ਤੇਰੇ ਅੰਦਰ ਜਾਏਗਾ ਇਸ ਬੇੜੇ ਦੇ ਅੰਦਰ ਪਾਣੀ ਜਾਏਗਾ ਮਤਲਬ ਨੱਕ ਰਾਹੀਂ ਕੰਨ ਰਾਹੀਂ ਅੱਖਾਂ ਰਾਹੀਂ ਮੂੰਹ ਰਾਹੀਂ ਹੋਰ ਗਿਆਨ ਇੰਦਰੀਆਂ ਰਾਹੀਂ ਜਦੋਂ ਬੁਰੀਆਂ ਚੀਜ਼ਾਂ ਤੇਰੇ ਅੰਦਰ ਜਾਣਗੀਆਂ
ਤੇ ਹਰੂਏ ਹਰੂਏ ਤਰ ਗਏ ਡੂਬੇ ਜਿਨ ਸਿਰ ਪਾਰ ਆਂਦੇ ਉਹ ਤਰ ਜਾਣਗੇ ਜਿਨ੍ਹਾਂ ਨੇ ਇਹਨਾਂ ਛੇਕਾਂ ਨੂੰ ਬੰਦ ਕਰਕੇ ਰੱਖਿਆ ਬਾਹਰੀ ਅੰਦਰ ਨਹੀਂ ਹੋਣ ਦਿੱਤਾ ਬਾਹਰੀ ਪਾਣੀ ਨੂੰ ਅੰਦਰ ਨਹੀਂ ਆਉਣ ਦਿੱਤਾ ਬਾਹਰੀਆਂ ਬੁਰਿਆਈਆਂ ਨੂੰ ਅੰਦਰ ਨਹੀਂ ਆਉਣ ਦਿੱਤਾ ਆਂਦੇ ਉਹਨਾਂ ਤੇ ਕਿਰਪਾ ਹੋ ਜਾਏਗੀ ਉਹ ਤੇ ਬਚ ਜਾਣਗੇ ਹਰੂਏ ਹਰੂਏ ਤਰ ਗਏ ਹੌਲੇ ਹੌਲੇ ਤੋਂ ਭਾਵੇ ਹਰੂਏ ਹਰੂਏ ਹੌਲੇ ਹੌਲੇ ਤੋਂ ਉਹਨੇ ਜਿੰਨਾ ਭਾਰ ਨਹੀਂ ਚੁੱਕਿਆ ਭਾਰ ਕੀ ਪਾਪਾ ਦੀ ਪੰਡ ਅਨੇਕ ਬੁਰਿਆਈਆਂ ਆਂਦੇ ਅੱਛਾ ਜੇ ਬੇੜਾ ਡੁੱਬਦਾ ਹੈ ਇਹਦੇ ਵਿੱਚ ਛੇਦ ਨੇ ਇਹ ਜਰਜਰਾ ਹੈ ਪੁਰਾਣਾ ਵੀ ਹੈ ਇਹ ਸਰੀਰ ਦੀ ਗੱਲ ਕੀਤੀ ਆਂਦੇ ਫਿਰ ਬਚਿਆ ਕਿਵੇਂ ਜਾਏਗਾ ਆਂਦੇ ਝੜ ਚੱਖੜ ਉਹਾੜ ਲਹਿਰੀ ਵਹਿਣ ਲੱਖੇ ਸਰੀ ਜਦੋਂ ਬੇੜਾ ਪਿਆ ਹੋਵੇ ਝੜ ਚੱਖੜ ਮੀਂਹ ਆ ਜਾਏ ਹਨੇਰੀ ਆ ਜਾਏ ਤੇ ਫਿਰ ਤੁਹਾਨੂੰ ਪਤਾ ਉਹਾੜ ਲਹਿਰੀ ਫਿਰ ਉਸ ਪਾਣੀ ਵਿੱਚ ਛੱਲਾਂ ਆਉਣ ਵਹਿਣ ਲੱਖੇ ਸਰੀ ਤੇ ਜੇ ਕਿਤੇ ਉਹ ਬੇੜਾ ਡੁੱਬਣ ਲੱਗੇ ਸਤਿਗੁਰ ਸਿਓ ਆਲਾਏ ਆਵਾਜ਼ ਮਾਰ ਆਪਣੇ ਸਤਿਗੁਰੂ ਨੂੰ ਬੇੜੇ ਡੁੱਬਣ ਨਾਹੇ ਪਵੋ ਆਂਦੇ ਫਿਰ ਤੇਰਾ ਬੇੜਾ ਡੁੱਬਣ ਦਾ ਡਰ ਮੁੱਕ ਜਾਏਗਾ ਉਹਨਾਂ ਚਿਰ ਬੇੜਾ ਡੁੱਬਣ ਦਾ ਡਰ ਹੈ ਜਿੰਨਾ ਚਿਰ ਤੂੰ ਆਪਣੇ ਸਤਿਗੁਰ ਨੂੰ ਆਵਾਜ਼ ਨਹੀਂ ਮਾਰਦਾ ਜਿੰਨਾ ਚਿਰ ਤੂੰ ਆਪਣੇ ਸਤਿਗੁਰ ਨੂੰ ਨਹੀਂ ਪੁਕਾਰਦਾ ਆ ਜਿੰਨੇ ਬੈਠੇ ਹਾਂ ਸਵੇਰ ਦੇ ਇਸੇ ਲਈ ਬੈਠੇ ਹਾਂ ਕਿ ਕਿਤੇ ਮਤੇ ਸਾਡਾ ਬੇੜਾ ਨਾ ਜਾ ਪਏ ਸਾਡਾ ਬੇੜਾ ਤੂੰ ਤਾਰ ਤੂੰ ਕਿਰਪਾ ਕਰ ਤੂੰ ਬਖਸ਼ਿਸ਼ ਕਰ ਕਿਉਂ ਉਹ ਜਿਹੜੀ ਮਿਹਰ ਜਿਹੜੀ ਬਖਸ਼ਿਸ਼ ਸਤਿਗੁਰ ਨੇ ਕਰਦੇ ਨੇ ਨਾ ਉਹ ਕਿਹੜੀ ਕਿਰਪਾ ਹੈ ਸਤਿਗੁਰ ਜੀ ਬਾਣੀ ਜਾਂਦੇ ਨੇ ਆਉਂਦੇ ਨੇ ਹੋ ਬਲਿਹਾਰੀ ਕਿੰਨਾ ਤੋਂ ਕਿੰਨਾ ਤੋਂ ਬਲਿਹਾਰ ਜਾਂਦੇ ਨੇ ਉਹ ਤੁਹਾਡੀ ਗੱਲ ਕਰਦੇ ਨੇ ਹੋ ਬਲਿਹਾਰੀ ਤਿੰਨ ਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਆਂਦੇ ਮੈਂ ਉਹਨਾਂ ਤੋਂ ਵਾਰੀ ਜਾਣਾ ਜਿਨ੍ਹਾਂ ਨੇ ਨਾਮ ਜਪਿਆ ਹੈ ਗੁਰ ਸਤਿਗੁਰ ਨਾਮ ਦੰਡਾਇਆ ਮੇਰੀ ਜਿੰਦੜੀਏ ਤੇ ਬਿਖ ਭੌਜਲ ਤਾਰਨ ਹਾਰੋ ਰਾਮ ਜਿਨ ਇੱਕ ਮਨ ਹਰ ਪਿਆਇਆ ਮੇਰੀ ਜਿੰਦੜੀਏ ਤਿੰਨ ਸੰਗ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ ਜਿੱਥੇ ਕਿਰਪਾ ਕੀਤੀ ਨੇ ਫਿਰ ਅੱਗੇ ਆਖਿਆ ਸੁਣਿਓ ਸਰੀਰ ਤੇ ਸਾਨੂੰ ਦਿੱਤਾ ਹੈ ਕਾਇਆ ਸਾਨੂੰ ਦਿੱਤੀ ਪਰ ਪ੍ਰਵਾਨ ਕਿੰਦੀ ਹੈ ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਉਹ ਜੀਵ ਧਨ ਹੈ ਗੁਣ ਗਾਵੇ ਹਰ ਪ੍ਰਭ ਤੇਰੇ ਰਾਮ ਹਾਂਜੀ ਉਹ ਜੀਵ ਭਲੀ ਹੈ ਜਿਹੜੀ ਗੁਰੂ ਦੇ ਗੁਣ ਗਾਉਂਦੀ ਹੈ ਜਿਹੜੀ ਨਿੰਦਿਆ ਕਰਦੀ ਚੁਗਲੀਆਂ ਕਰਦੀ ਬਖੀਲੀਆਂ ਕਰਦੀ ਹਰ ਸਮੇਂ ਲੁਤਰ ਲੁਤਰ ਚੱਲਦੀ ਏ ਆਂਦੇ ਉਹ ਜੀਵ ਨਹੀਂ ਭਲੀ ਕਿਹੜੀ ਭਲੀ ਏ ਜਿਹੜੀ ਪ੍ਰਭੂ ਦੇ ਗੁਣ ਗਾਉਂਦੀ ਏ ਗੁਰੂ ਦੀ ਉਸਤਤ ਕਰਦੀ ਏ ਤੇ ਸਰਵਣ ਭਲੇ ਸੋ ਬਨੀਕ ਹੈ ਮੇਰੀ ਜਿੰਦੜੀਏ ਆਂਦੇ ਉਹ ਕੰਨ ਵੀ ਭਲੇ ਨੇ ਹਰ ਕੀਰਤਨ ਸੁਣੇ ਹਰ ਤੇਰੇ ਰਾਮ ਆਂਦੇ ਜਿਹੜੇ ਬਹਿ ਕੇ ਕੀਰਤਨ ਸੁਣਦੇ ਨੇ ਸੋ ਸੀਸ ਭਲਾ ਪਵਿੱਤਰ ਪਾਵਣ ਹੈ ਮੇਰੀ ਜਿੰਦੜੀਏ ਜੋ ਜਾਏ ਲੱਗੇ ਗੁਰ ਪੈਰੇ ਰਾਮ ਉਹ ਸਿਰ ਭਲਾ ਜਿਹੜਾ ਆ ਕੇ ਇੱਥੇ ਝੁਕਿਆ ਗੁਰ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ ਰਾਮ ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ ਜੋ ਸਾਨੂੰ ਸਤਿਗੁਰ ਦੇਖੇ ਰਾਮ ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਦੇਖੇ ਰਾਮ ਆਂਦੇ ਉਹ ਨੇਤਰ ਉਹ ਅੱਖਾਂ ਉਹ ਹੱਥ ਉਹ ਪੈਰ ਉਹ ਸੀਸ ਭਲਾ ਜਿਹੜਾ ਗੁਰੂ ਵਾਲੇ ਪਾਸੇ ਲੱਗਦਾ ਇਹ ਸਰੀਰ ਨੂੰ ਬੇੜਾ ਕਹਿ ਦਿੱਤਾ ਇਹ ਸਰੀਰ ਨੂੰ ਜ਼ਮੀਨ ਕਹਿ ਦਿੱਤਾ ਗਿਆਨ ਇੰਦਰੀਆਂ ਨੂੰ ਤੇਰੇ ਉਯਾਰ ਕਹਿ ਦਿੱਤਾ ਤੇ ਕਹਿ ਦਿੱਤਾ ਜੋ ਬੀਜੇਗਾ ਉਹ ਵੱਢੇਗਾ
ਜਿਹੋ ਜਿਹਾ ਤੂੰ ਇੱਥੇ ਕਰੇਗਾ ਉਹੋ ਜਿਹਾ ਤੂੰ ਪਾਏਗਾ। ਕੋਈ ਬਾਹਲੀ ਲੰਬੀ ਚੌੜੀ ਦੌੜ ਨਹੀਂ। ਇੱਕ ਗੁਰਬਾਣੀ ਵੀ ਤੁਕ ਆਉਂਦੀ ਹੈ, ਅਜੈ ਸੁਰੋਵੈ ਭਿਖਿਆ ਖਾਏ, ਅਜੈ ਸੁਰੋਵੈ ਭਿਖਿਆ ਖਾਏ ਤੇ ਐਸੀ ਦਰਗਹਿ ਮਿਲੇ ਸਜਾ। ਇਹ ਰਾਜਾ ਅਜੈ ਕੌਣ ਸੀ? ਭਗਵਾਨ ਰਾਮ ਚੰਦਰ ਦਾ ਦਾਦਾ ਸੀ, ਦਸ਼ਰਥ ਦਾ ਪਿਤਾ ਸੀ। ਤੇ ਜਦੋਂ ਰਾਜ ਗੱਦੀ ਤੇ ਹੋਇਆ ਨਾ, ਬਰਾਜ ਬੈਠਾ ਤੇ ਫਿਰ ਇੱਕ ਰਾਜ, ਇੱਕ ਜਵਾਨੀ, ਇੱਕ ਮਾਇਆ, ਇੱਕ ਮਾਨ ਪ੍ਰਤਿਸ਼ਠਾ ਤੇ ਫਿਰ ਬਈ ਕੌਣ ਫਿਰ ਤੇ ਰੱਬ ਹੀ ਬਚਾਵੇ ਤੇ ਬਚਿਆ ਜਾਂਦਾ, ਨਹੀਂ ਤੇ ਕੋਈ ਨਹੀਂ ਬਚਿਆ ਜਾਂਦਾ। ਹੁਣ ਸਾਰਾ ਕੁਝ ਪਦਾਰਥ ਧਨ ਕਿਸੇ ਚੀਜ਼ ਦੀ ਕਮੀ ਕੋਈ ਨਹੀਂ ਤੇ ਰਾਜ ਹੋਵੇ, ਕੋਈ ਵਿਰਲਾ ਹੀ ਗੁਰੂ ਦਾ ਭਗਤ ਕਿਰਪਾ ਵਾਲਾ ਹੋਏਗਾ ਜਿਹੜਾ ਹਉਮੈ ਤੋਂ ਬਚ ਜਾਏਗਾ, ਨਹੀਂ ਤੇ ਲੋੜ ਤੇ ਦਸਾਂ ਦਾ ਵੀ ਬੜਾ ਭੜਕਾ ਮਾਰਦਾ ਜੇ ਕਿਤੇ ਜੇਬ ਚ ਆ ਜਾਏ ਤੇ। ਹੁਣ ਇਸ ਰਾਜੇ ਨੂੰ, ਰਾਜਾ ਅਜੈ ਜਿਹੜਾ ਸੀ, ਰਾਜ ਸੀ, ਭਾਗ ਸੀ, ਚੜ੍ਹਦੀ ਕਲਾ ਸੀ, ਹਰ ਪਾਸੇ ਜੈ ਜੈਕਾਰ ਸੀ, ਕਈਆਂ ਜਿੱਦਾਂ ਜੰਗਾਂ ਨੂੰ ਜਿੱਤ ਕੇ ਰਾਜ ਸਥਾਪਿਤ ਕੀਤੇ ਸਨ, ਹਰ ਪਾਸੇ ਬੋਲਬਾਲਾ ਸੀ, ਹਰ ਰਾਜ ਦਾ ਦੂਜਾ ਰਾਜਾ ਇਹਦੇ ਤੋਂ ਡਰਦਾ ਸੀ। ਹੁਣ ਇੱਕ ਦਿਨ ਉੱਠਿਆ ਤੇ ਘੋੜਿਆਂ ਦੇ ਤਬੇਲੇ ਵਿੱਚ ਗਿਆ, ਬੜਾ ਪ੍ਰਸੰਨ ਹੁੰਦਾ ਹੈ, ਆਪਣੀਆਂ ਵੰਨ ਸੁਵੰਨੀਆਂ ਨਸਲਾਂ ਦੇ ਘੋੜੇ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਵੀ ਮੇਰੇ ਕੋਲ ਐਸ ਐਸ ਨਸਲ ਦਾ ਘੋੜਾ ਹੈ। ਹੱਥ ਫੇਰਦਾ ਹੈ, ਨੌਕਰ ਚਾਕਰ ਦੁਆਲੇ ਫਿਰਦੇ ਨੇ ਤੇ ਉਹ ਤਬੇਲੇ ਦੇ ਲਾਗੇ ਕੁਝ ਸਾਧੂ ਲੰਘੇ ਜਾਂਦੇ ਸਨ, ਕੁਝ ਸਾਧੂ ਲੰਘੇ ਜਾਂਦੇ ਸਨ। ਹੁਣ ਉਹਨਾਂ ਸਾਧੂਆਂ ਨੇ ਵੇਖਿਆ ਕਿ ਰਾਜਾ ਖੜਾ, ਸ਼ੁਕਰਿਆ ਜੀ ਮੱਥੇ ਲੱਗ ਗਿਆ, ਨਹੀਂ ਤੇ ਮਹੱਲਾਂ ਚ ਰਹਿੰਦਾ। ਇਹਨਾਂ ਨੇ ਰਾਜਾ ਸਮਝ ਕੇ, ਉਹ ਪ੍ਰਜਾ ਆਪਣੇ ਆਪ ਨੂੰ ਸਮਝ ਕੇ, ਉਹਨਾਂ ਸਾਧੂਆਂ ਨੇ ਰਾਜੇ ਅਜੈ ਨੂੰ ਦੋਏ ਹੱਥ ਜੋੜ ਕੇ ਨਮਸਕਾਰ ਕੀਤੀ, ਸੀਸ ਚੁਕਾਇਆ, ਨਮਨ ਕੀਤਾ। ਰਾਜੇ ਨੇ ਟੇਢੀ ਅੱਖ ਨਾਲ ਦੇਖਿਆ ਵੀ ਠੀਕ ਹੈ, ਨਾਲ ਹੀ ਉਹਨਾਂ ਕਿਹਾ ਰਾਜਾ ਕੋਈ ਭਿਕਸ਼ਾ ਦੇ ਰਾਜਾ ਤੂੰ। ਕਹਿੰਦਾ ਬਸ ਗੱਲ ਤੇ ਇੰਨੀ ਸੀ, ਮੈਂ ਮੰਗਣੀ ਆਏ ਸੋ, ਤੁਸੀਂ ਤੇ ਮੰਗਣੀ ਆਏ ਸੋ, ਮੈਂ ਸੋਚਿਆ ਮੈਨੂੰ ਨਮਨ ਕਰਨ ਆਏ ਨੇ, ਮੈਂ ਸੋਚਿਆ ਮੇਰਾ ਸਤਿਕਾਰ ਕਰਨ ਆਏ ਨੇ, ਇਹ ਤੇ ਭੁੱਖੇ ਨੇ। ਭੁੱਖਾ ਕੌਣ ਹੈ ਪਤਾ ਤੁਹਾਨੂੰ? ਲਾਲਚੀ ਕੌਣ ਹੈ ਪਤਾ? ਕਿਸੇ ਬੰਦੇ ਨੂੰ ਤਿੰਨਾਂ ਪ੍ਰਸ਼ਾਦਿਆਂ ਦੀ ਭੁੱਖ ਹੋਵੇ, ਤਿੰਨ ਪ੍ਰਸ਼ਾਦੇ ਛਕ ਲਵੇ, ਕਿਉਂਕਿ ਉਹਨੂੰ ਭੁੱਖ ਤਿੰਨਾਂ ਦੀ ਸੀ, ਉਹਨੂੰ ਤੁਸੀਂ ਭੁੱਖਾ ਨਹੀਂ ਕਹਿ ਸਕਦੇ, ਉਹਨੂੰ ਤੁਸੀਂ ਲਾਲਚੀ ਨਹੀਂ ਕਹਿ ਸਕਦੇ। ਲਾਲਚੀ ਉਦੋਂ ਕਿਹੋ ਜੇ ਭੁੱਖ ਤਿੰਨਾਂ ਦੀ ਹੋਵੇ ਤਾਂ ਧੱਕੇ ਨਾਲ ਚੌਥੀ ਵੀ ਖਾਏ, ਉਹਨੂੰ ਕਹੋ ਲਾਲਚ। ਲੋੜ ਨੂੰ ਲਾਲਚ ਨਾ ਕਹੋ, ਜ਼ਰੂਰਤ ਨੂੰ ਲਾਲਚ ਨਾ ਕਹੋ। ਜਿਹੜੀ ਚੀਜ਼ ਦੀ ਜ਼ਰੂਰਤ, ਜਿਹੜੀ ਚੀਜ਼ ਦੀ ਲੋੜ ਹੈ, ਉਹ ਤੇ ਬਈ ਤੁਸੀਂ ਆਪ ਇਸ ਗੱਲ ਨੂੰ ਸਮਝੋ। ਆਂਦਾ ਤੁਸੀਂ ਲਾਲਚੀ ਉੱਪਰ, ਉਹ ਭਿਕਸ਼ੂ ਸਨ, ਉਹ ਤੇ ਭਿਕਸ਼ਾ ਮੰਗਣ ਵਾਸਤੇ ਆਏ ਸਨ। ਉਹਨਾਂ ਆਖਿਆ ਰਾਜਨ ਕੋਈ ਭਿਕਸ਼ਾ ਦੇ। ਮੈਂ ਬੜੀ ਵਾਰ ਅਰਜ ਕਰਦਾ ਹੁੰਦਾ, ਮਤ ਜਾਣੋ ਅਸੀਂ ਕਿਸੇ ਨੂੰ ਕੁਝ ਦੇ ਰਹੇ ਹਾਂ, ਤੇਰੀਆਂ ਲੋੜਾਂ ਨੇ, ਤੂੰ ਤਾਂ ਦੇ ਰਿਹਾ, ਤੂੰ ਉਹਦੇ ਤੋਂ ਬਹੁਤ ਕੁਛ ਚਾਹੁੰਦਾ ਹੈ। ਸੱਚ ਜੀ, ਕਿਸੇ ਦੀ ਤਲੀ ਤੇ ਧਰ ਲੱਗੇ ਆ, ਪਹਿਲਾਂ ਅੰਦਰਲੀ ਲਿਸਟ ਪੜਿਆ ਕਰ। ਕਿਸੇ ਦੀ ਤਲੀ ਤੇ ਧਰ ਲੱਗੇ ਆ, ਪਹਿਲਾਂ ਆਪਣੇ ਅੰਦਰ ਚਾਤੀ ਮਾਰਿਆ ਕਰ। ਉਹ ਤੇ ਮੰਗਤਾ ਹੈ ਹੀ, ਤੂੰ ਕਿੱਡਾ ਮੰਗਤਾ ਹੈ, ਇੱਕ ਰੁਪਈਆ ਦੇਣ ਲੱਗਿਆ ਤੂੰ ਕਿੰਨੀਆਂ ਚੀਜ਼ਾਂ ਮੰਗਣ ਡਿਆ ਹੈ, ਆਪਣੇ ਅੰਦਰ ਚਾਤੀ ਮਾਰ। ਇੰਨਾ ਫਰਕ ਹੈ, ਉਹ ਬੋਲ ਕੇ ਮੰਗਦਾ ਪਿਆ, ਤੂੰ ਚੁੱਪ ਕਰਕੇ ਮੰਗਣ ਡਿਆ। ਮੰਗਦਾ ਤੂੰ ਵੀ ਹੈ, ਮੰਗਦਾ ਉਹ ਵੀ ਹੈ, ਬਸ ਇੰਨਾ ਹੀ ਫਰਕ ਹੈ। ਉਹ ਮੂੰਹ ਬੋਲ ਕੇ ਆਂਦਾ ਰੁਪਈਆ ਦੇ ਮੈਂ ਰੋਟੀ ਖਾ ਲਾਂਗਾ, ਤੂੰ ਰੁਪਈਆ ਦੇਣ ਲੱਗਾ ਨਾ ਮੈਨੂੰ, ਉਹ ਵੀ ਮੰਗਤੇ ਤੋਂ ਵੱਡੇ ਮੰਗਤੇ ਅਸੀਂ ਹੁੰਦੇ ਹਾਂ। ਕਿਸੇ ਦੀ ਤਲੀ ਤੇ ਧਰ ਲੱਗਿਆ ਅਸੀਂ ਉਹਦੇ ਤੋਂ ਵੱਡੀਆਂ ਮੰਗਾਂ ਮੰਗ ਰਹੇ ਹੁੰਦੇ ਹਾਂ। ਤੇ ਕਦੀ ਵੀ ਆਂਦੇ ਚਿੜੀ ਚੁੰਝ ਭਰ ਲੈ ਗਈ, ਕਬੀਰ ਜੀ ਆਂਦੇ ਨੇ ਬਾਹਰੀ ਬਾਣੀ ਵਿੱਚ, ਨਦੀ ਨਾ ਕੱਢਿਓ ਨੀਰ, ਕੀ ਮੁੱਠ ਕੀ ਲੈ ਗਿਆ।
ਆਂਦੇ ਚਿੜੀ ਚੂੰਜ ਭਰ ਲੈ ਗਈ ਨਦੀ ਨਾ ਗੱਡਿਓ ਨੀਰ ਆਂਦੇ ਜੇ ਚਿੜੀ ਚੂੰਜ ਭਰ ਵੀ ਲੈ ਗਈ ਮੈਂ ਪਾਣੀ ਕੱਢਦਾ ਨਹੀਂ ਵੇਖਿਆ ਕੀ ਮੁੱਠ ਚੀਨੇ ਦੀ ਚੀਨੇ ਤੋਂ ਭਾਵ ਕਣਕ ਦਾਲ ਚੌਲ ਕੀ ਮੁੱਠ ਚੀਨੇ ਦੀ ਹੁਣ ਅੱਖਾਂ ਤੇ ਪੜਦਾ ਸੀ ਮੱਤ ਤੇ ਪੜਦਾ ਸੀ ਇਹਨੇ ਆਖਿਆ ਇੱਥੇ ਖਲੋਤਾ ਮੈਂ ਕਿਤੇ ਖਜ਼ਾਨੇ ਕੋਲ ਖਲੋਤਾ ਤੁਹਾਨੂੰ ਕੁਝ ਦੇ ਦਵਾਂ ਮੈਂ ਕਿਤੇ ਬੜਾ ਖਜ਼ਾਨੇ ਤੇ ਬੈਠਾ ਤੇ ਉਹ ਵਿਚਾਰੇ ਸਾਧੂ ਸਨ ਉਹਨੇ ਪਾਏ ਹੁੰਦਾ ਹਾਰ ਸ਼ਿੰਗਾਰ ਕਿਤੇ ਗਲ ਵਿੱਚ ਤੇ ਉਹਨਾਂ ਆਖਿਆ ਜੋ ਹੈ ਸੋਈ ਦੇ ਦੇ ਤੇ ਇਹਨੇ ਫੜ ਕੇ ਤੇ ਘੋੜੇ ਦੀ ਲਿੱਦ ਪਾ ਦਿੱਤੀ ਸੰਤਰੀ ਨੂੰ ਕੋਲ ਖੜਿਆ ਆਂਦਾ ਆਂਦਾ ਪਾ ਇਹਦੇ ਕਾਸੇ ਵਿੱਚ ਘੋੜੇ ਦੀ ਲਿੱਦ ਉਹਨਾਂ ਚੁੱਕ ਕੇ ਤੇ ਘੋੜੇ ਦੀ ਲਿੱਦ ਪਾ ਦਿੱਤੀ ਲਿੱਦ ਪਾ ਦਿੱਤੀ ਰਾਜੇ ਅਦੇ ਨੇ ਦਸ਼ਰਥ ਦੇ ਪਿਤਾ ਨੇ ਇਹ ਜਦੋਂ ਲਿੱਦ ਪਾਈ ਨਾ ਤੇ ਸੰਤਰੀ ਅੱਗੋਂ ਵੀ ਸਾਧੂ ਸਨ ਉਹ ਨਹੀਂ ਸਨ ਜਿਹੜੇ ਅੱਗੋਂ ਇਸ ਗੱਲੋਂ ਕਲਪਦੇ ਵੀ ਹੋਰ ਪਾਓ ਕੁਝ ਥੋੜੇ ਘੱਟ ਨੇ ਨਾ ਜਦ ਇਸ ਗੱਲ ਤੇ ਆ ਜਾਈਏ ਨਾ ਉਦੋਂ ਅੰਦਰ ਖਤਮ ਹੋ ਜਾਂਦਾ ਹੈ ਉਦੋਂ ਤਪੱਸਿਆ ਹੀਣਾ ਮਨੁੱਖ ਹੋ ਜਾਂਦਾ ਹੈ
مانگ لیا سو مر گیا منگن مول نہ جا آندا منگن تے پہلا او مویا جت مک نکسی نہ ایک تے بندہ مر گیا منگن گیا ہی او تے ماری گیا آندے او دو پہلا او مر گیا جنے کہتا نہیں دینا راجن نے آکھیا پاوے نو گھوڑے دی لید جو چک کے انہیں گھوڑے دی لید کاسے چ پا دتی اگو سادھو سی تپسوی سی وہ آندا رب تیرا پڑھا کرے تینوں بھی چک ہی ملے تیرا بھی دان پھلے تینوں چک ہی ملے جدو اینی گل آکھی تینوں چک ہی ملے پھر ایک راندر نو ویو پے بھی پڑھا ہو جائے ایک ہی بن گیا سانو نہیں پتا درباشا رکھی بیٹھا سی نا درباشا تو کرت ٹھگوری جادو اے پھل پائے پائے گرداس جی آندے نے ٹیچر کر دیتی مشکری کر دیتی جادواں دی کل دے کچھ بچیاں نے رل کے اپنے پیٹ اتے کولا پانڈا لوئے دا بن لیا تے جا کے سامنے کھلو کے آکھیا مہاراج دسو اس پیٹ چو بچہ جنم لے گا کہ بچی جنم لے گی وہ تپسیا کر دے پیسہ تے جدو نا تپسیا کر دیا نو ستایا واری واری پیڑ تے کولا بنیا گربھتی استری دا روپ دھارن کیتا تے آکھیا دسو اس گربھتی بچہ لڑکا کے لڑکی تے او مہاپرش تپسیا کر دے سن نیتر کھولے آندے اس پیڑ چو جمے گا جڑا جادواں نو ناس کر دے گا سراب دے دتا سراب دے دتا سراب ہو گیا سراب ہو گیا پھر پتا سی سادھو دا بچن اٹلاتا ہے یہ برسا نہیں جاتا بھگوان کرشن مہاراج جی کول بھجے گئے آندے مہاراج آ کولا ٹھڈ تے رکھ کے آ سی کرم کر رہے ہاں تے آ انہاں بچن کر دتا تے بھگوان نے وی اگوا آکھیا ہوئے گا انہاں آکھیا ہن بچاں گے کیویں انہاں آکھیا ارادہ ہی نہیں کوئی سادھو دا بچن اٹلا دے ہو نہیں سکدا گر کی بادی بھگت چھڑاوے ہوں بھگت کی بگی میں نہیں چھڑا سکتا یہ ہونا ہی ہونا جی کیونکہ اندر منہ جڑا نکل گیا بچن انہوں کوئی ٹال نہیں سکتا کل ڈوبن دیا ریتا بھگوان کرشن نے آخیا تھی تو کل ختم کر رہے ہو کل ڈوبن دیا ریتا سادا نال کرے مشکریاں I'm gonna make it.
ਪਾਸੋਂ ਤੇ ਉਹ ਕਰਤ ਠਗੌਰੀ ਜਾਦਵ ਇਹ ਫਲ ਪਾਏ ਜਦੋਂ ਜਾਦਵਾਂ ਨੇ ਦਰਬਾਸਾ ਰਿਖੀ ਨੂੰ ਤੰਗ ਕੀਤਾ ਸਰਾਪ ਦਿੱਤਾ ਕੁਲ ਦਾ ਨਾਸ ਹੋ ਗਿਆ ਲੰਬੀ ਕਥਾ ਹੈ ਕਿਸ ਤਰ੍ਹਾਂ ਉਹਨਾਂ ਬਾਟਾ ਕਸਾਇਆ ਤੇ ਕਿਸ ਤਰ੍ਹਾਂ ਉਹ ਸੁੱਟਿਆ ਮੱਛੀ ਨੇ ਖਾਧਾ ਲੰਬੀ ਕਥਾ ਭਗਵਾਨ ਕ੍ਰਿਸ਼ਨ ਦਾ ਵੀ ਜਦੋਂ ਅੰਤਿਮ ਸਮਾਂ ਆਇਆ ਤੇ ਦਰਬਾਸਾ ਰਿਖੀ ਦੇ ਦਿੱਤੇ ਹੋਏ ਉਸ ਸਰਾਪ ਦੇ ਨਾਲ ਉਹ ਜਿਹੜਾ ਬਾਟਾ ਸੀ ਉਹ ਕਮਾਨ ਦੇ ਅੱਗੇ ਲੱਗਾ ਤੇ ਉਹ ਪੈਰ ਚ ਵੱਜਾ ਤੇ ਸਰੀਰ ਛੱਡਿਆ ਇੱਧਰ ਰਾਜਾ ਅਜੇ ਜਿਹੜਾ ਸੀ ਇਹ ਹੁਣ ਸਾਧੂ ਨੂੰ ਲਿਦ ਦਾਨ ਕਰ ਬੈਠਾ ਤੇ ਸਾਧੂ ਵੀ ਅੱਗੋਂ ਉਹ ਸੀ ਜਿਹਨੇ ਆਖਿਆ ਰੱਬ ਕਰੇ ਤੇਰਾ ਦਾਨ ਵਧੇ ਫੁੱਲੇ ਤੇਰਾ ਦਾਨ ਵਧੇ ਫੁੱਲੇ ਇੰਨਾ ਕਹਿ ਕੇ ਤੇ ਉਹ ਭਾਈ ਜੀ ਉਹੀ ਚੀਜ਼ ਲੈ ਕੇ ਉਹ ਲਿਦ ਲੈ ਕੇ ਵਾਪਸ ਨੂੰ ਤੁਰ ਪਿਆ ਉਹਨੇ ਇਹ ਨਹੀਂ ਵੀ ਉੱਥੇ ਲਿਦ ਸੁੱਟ ਦਿੱਤੀ ਤੇ ਗੁਰੂ ਤੇ ਤੁਹਾਡੇ ਇੱਕ ਇੱਕ ਛਿਣ ਛਿਣ ਪਲ ਪਲ ਦਾ ਹਿਸਾਬ ਰੱਖਦਾ ਹੈ ਇਹ ਹੁਣ ਦਾਨ ਦੇ ਦਿੱਤਾ ਸੀ ਨਾ ਚਾਚਾ ਫੱਗੂ ਹੋਇਆ ਜੀ ਜਿਵੇਂ ਨਾਮ ਹੈ ਭੱਲਾ ਭੁੱਲਾ ਤੇ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਚਾਚਾ ਫੱਗੂ ਹੋਇਆ ਉਹ ਕਿਸੇ ਮਾਈ ਦੇ ਘਰ ਗਿਆ ਤੇ ਉਹਨੇ ਜਾ ਕੇ ਆਖਿਆ ਉਗਰਾਹੀ ਲੈਣ ਵਾਸਤੇ ਗਿਆ ਆਪਣੇ ਸਿੰਘ ਜਾਂਦੇ ਹੀ ਨੇ ਉਗਰਾਹੀ ਵਾਸਤੇ ਉਗਰਾਹੀ ਵਾਸਤੇ ਗੁਰੂ ਘਰ ਦੀ ਮਾਇਆ ਵਾਸਤੇ ਗਿਆ ਤੇ ਉਹ ਝਾੜੂ ਦਿੰਦੀ ਪਈ ਸੀ ਉਹਨੇ ਮਨ ਚ ਸੋਚਿਆ ਆ ਗਿਆ ਹੀ ਪੈਸੇ ਲੈਣੇ ਆਇਆ ਉਹਨੇ ਤੇ ਘਰ ਨੂੰ ਆਖਿਆ ਤੂੰ ਨੀ ਨਿਕਲਣਾ ਬਾਹਰ ਅੱਜ ਨੂੰ ਮੈਂ ਦੇਖਾਂਗੀ ਛੇ ਮਹੀਨੇ ਨੀ ਹੁੰਦੇ ਤੇ ਆਣ ਖੜੋਂਦੇ ਨੇ ਬੁਝ ਗਏ ਉਹ ਆਂਦਾ ਹਾਂਜੀ ਬਈ ਘਰੇ ਹੀ ਹੋ ਚਾਚੇ ਫੱਗੂ ਨੇ ਆਵਾਜ਼ ਦਿੱਤੀ ਘਰੇ ਹੀ ਹੋ ਉਹਨੇ ਆਖਿਆ ਉਹ ਤੇ ਨਹੀਂ ਘਰੇ ਮੈਂ ਘਰੇ ਹੀ ਹਾਂ ਅਸੀਂ ਲਿਆਓ ਫਿਰ ਕੋਈ ਪਾਓ ਦਾਨ ਗੁਰੂ ਘਰ ਨੂੰ ਆਂਦੀ ਪਾਨੀ ਆ ਝਾੜੂ ਦਿੰਦੀ ਪਈ ਸੀ ਕੂੜਾ ਚੁੱਕ ਕੇ ਝੋਲੇ ਚ ਪਾ ਦਿੱਤਾ ਤੇ ਅੱਗੋ ਸਾਧੂ ਸੀ ਇਹ ਨਹੀਂ ਵੀ ਹੁਣ ਮੈਨੂੰ ਇਹ ਕੀ ਕੀਤਾ ਤੇ ਤੈਨੂੰ ਮੈਂ ਦੱਸਾਂਗਾ ਦਿਆਂਗਾ ਮਤ ਸਾਧੂ ਸੀ ਉਹਨੇ ਜੋ ਰਜਾ ਮਾਲਕ ਦੀ ਠੀਕ ਹੈ ਉਹਨੇ ਉਹ ਕੂੜਾ ਹੀ ਝੋਲੇ ਚ ਪਵਾ ਕੇ ਤੇ ਘਰ ਆਣ ਕੇ ਛਾਨਿਆ ਜੀ ਤੇ ਛਾਣ ਕੇ ਰੇਤਾ ਚੱਲ ਥੱਲੇ ਚਲੀ ਗਈ ਇੱਕ ਬੇਰ ਦੀ ਗਿੜਕ ਰਹਿ ਗਈ ਇੱਕ ਬੇਰ ਦੀ ਗਿੜਕ ਇਸ ਬੇਰੀ ਨੂੰ ਉਹਨੇ ਬੀਜ ਦਿੱਤਾ ਉਸ ਬੇਰੀ ਨੂੰ ਬੀਜ ਦਿੱਤਾ ਜਦੋਂ ਬੇਰੀ ਬੀਜ ਦਿੱਤੀ ਉਹ ਵੱਡੀ ਹੋਈ ਤੇ ਪਾਤਸ਼ਾਹ ਦੇ ਘਰ ਗਏ ਤੇ ਆਖਿਆ ਲਿਆ ਫੱਗੂ ਹਿਸਾਬ ਕਿਤਾਬ ਕਰੀਏ ਗੁਰੂ ਘਰ ਦੀ ਮਾਇਆ ਦਾ ਤੇ ਫਿਰ ਅੱਗੇ ਉਹ ਜਿਹੜੀਆਂ ਸੀ ਨਾ ਖੁਰਚੀਆਂ ਭਰੀਆਂ ਉਹ ਧਰ ਦਿੱਤੀਆਂ ਫਲਾਣੀ ਜਗ੍ਹਾ ਦੀ ਮਾਇਆ ਫਲਾਣੇ ਇਲਾਕੇ ਦੀ ਮਾਇਆ ਫਲਾਣੇ ਸੇਠ ਦੀ ਮਾਇਆ ਸਤਿਗੁਰ ਸਾਰੀ ਵੇਖ ਕੇ ਆਉਂਦੇ ਅਜੇ ਕੁਝ ਰਹਿੰਦੀ ਏ ਇਹਨੂੰ ਚੇਤਾ ਨਹੀਂ ਸੀ ਚਿਰ ਪਿੱਛੋਂ ਆਏ ਸਨ ਆਂਦੇ ਕੁਝ ਤੇ ਰਹਿੰਦੀ ਏ ਉਹ ਆਂਦਾ ਜੀ ਮੈਂ ਤੇ ਸਾਰੀ ਦੇ ਦਿੱਤੀ ਰੱਬ ਭਲਾ ਕਰੇ ਮੇਰੇ ਤੋਂ ਹੋਰ ਲੈ ਲਓ ਪਰ ਮੈਂ ਇਹਦੇ ਚੋਂ ਕੁਝ ਨਹੀਂ ਰੱਖਿਆ ਸਤਿਗੁਰ ਆਖਿਆ ਨਹੀਂ ਸਾਡੀ ਕੋਈ ਚੀਜ਼ ਤੇ ਤੇਰੇ ਕੋਲ ਅਜੇ ਰਹਿੰਦੀ ਏ ਆਂਦਾ ਫਿਰ ਕਿਹੜੀ ਰਹਿੰਦੀ ਹੋਏਗੀ ਸਤਿਗੁਰ ਆਖਿਆ ਜਾਤੀ ਮਾਰ ਉਹਨੂੰ ਖਿਆਲ ਕੋਈ ਨਾ ਆਏ ਸਤਿਗੁਰ ਆਖਿਆ ਬੇਰੀ ਕਹਿੰਦੀ ਏ ਆ ਬੇਰੀ ਭਲਾ ਕਹਿੰਦੀ ਏ ਜਰਨੀ ਟੈ ਪਿਆ ਆਂਦਾ ਤੁਹਾਡੀ ਏ ਉਸ ਬੀਬੀ ਦੀ ਦਿੱਤੀ ਬੇਰੀ ਵੀ ਸਤਿਗੁਰਾਂ ਉਹ ਕੂੜੇ ਚੋਂ ਕੱਢੀ ਹੋਈ ਗਿੜਕ ਸਤਿਗੁਰਾਂ ਉਹ ਵੀ ਪ੍ਰਵਾਨ ਕਰ ਲਈ ਮਤ ਜਾਣੇ ਹੋ ਕੀ ਇਹ ਕਿਤੇ ਗੱਲ ਝੂਠੀ ਏ ਵੀ ਸਾਹਿਬ ਲੇਖਾ ਮੰਗ ਸੀ ਦੁਨੀਆ ਦੇਖ ਨਾ ਭੂਲ ਉਹ ਤੇ ਤੇਰੀ ਦਿੱਤੀ ਗਿੜਕ ਨਹੀਂ ਭੁੱਲਿਆ ਉਹ ਤੇ ਤੇਰਾ ਦਿੱਤੀ ਉਹ ਗਿੜਕ ਦੇ ਦਾਨ ਨੂੰ ਵੀ ਜਾ ਕੇ ਆਂਦਾ ਲਿਆ ਉਹ ਪਈ ਉਹਦੇ ਮੈਨੂੰ ਇੱਧਰ ਛੇਵੇਂ ਪਾਤਸ਼ਾਹ ਬੈਠੇ ਸਨ ਤੇ ਇੱਕ ਸੰਗਤਾਂ ਨਮਸਕਾਰਾਂ ਕਰ ਰਹੀਆਂ ਸਨ ਤੇ ਇੱਕ ਸਰੀਰ ਆਇਆ ਉਹ ਜਦੋਂ ਮੱਥਾ ਟੇਕਣ ਲੱਗਾ ਤੇ ਅੱਗੇ ਵੱਡੇ ਵੱਡੇ ਨੋਟ ਵੇਖੇ ਤੇ ਉਹ ਵਿਚਾਰੇ ਕੋਲ ਦੰਬੜੀ ਸੀ ਉਹ ਵੀ ਟੁੱਟੀ ਘਸੀ ਜਾਈ ਜਿਵੇਂ ਉਹ ਦਵਾਨੀਆਂ ਚਵਾਨੀਆਂ ਪਿੱਛੇ ਹੁੰਦੀਆਂ ਸੀ ਨਾ ਤੇ ਉਹ ਵਿਚਾਰਾ ਨਾ ਪਿੱਛੇ ਹੀ ਬਹਿ ਗਿਆ ਅੰਦਰ ਭਲਾ ਕਰੀ ਗਾਂ ਜਾ ਕੇ ਟੇਕੇਗਾ ਲੋਕ ਹੱਸਣਗੇ ਪਿੱਛੇ ਹੀ ਬਹਿ ਗਿਆ ਚੁੱਪ ਕਰਕੇ ਬੈਠਾ ਰਿਹਾ ਨਿਤਨੇਮ ਹੁੰਦਾ ਰਿਹਾ ਵਾਰ ਜੋ ਵੀ ਕੀਰਤਨ ਸਭਾ ਚੁਣੀ ਰਹੀ ਤੇ ਸਤਿਗੁਰ ਛੇਵੇਂ ਪਾਤਸ਼ਾਹ ਉੱਠੇ ਤੇ ਜਾ ਕੇ ਆਪਣੇ ਗੱਲ ਚ ਜਿਹੜਾ ਪਰਨਾ ਸੀ ਨਾ ਉਸ ਪਰਨੇ ਨੇ ਓ ਕਰਕੇ ਆਂਦੇ ਨੇ ਲਿਆ ਦੇ ਤੇਰੇ ਨੂੰ ਤੇ ਤਰਸਨ ਦਿਆ ਇਹਨਾਂ ਵੱਡੀਆਂ ਸੁਗਾਤਾਂ ਨੂੰ ਇੱਕ ਪਾਸੇ ਧਾਰ ਤੇਰੀ ਇਸ ਦੰਬੜੀ ਨੂੰ ਤੇ ਮੈਂ ਤਰਸਨ ਦਿਆ ਕੋਈ ਉਹ ਤੇ ਇੱਕ ਇੱਕ ਪ੍ਰਵਾਨ ਕਰਦਾ ਹੈ ਹੋਈਏ ਤੇ ਸਹੀ ਸਾਡੀ ਕਿਰਤ ਨੂੰ ਕਿੱਦਾਂ ਉਹ ਪ੍ਰਵਾਨ ਕਰਦਾ ਹੈ ਕੋਈ ਵੀ ਦਾਨ ਹੈ ਅੱਜ ਸਤਿਗੁਰੂ ਰਾਮ ਸਿੰਘ ਦੇ ਹੁਕਮਨਾਮੇ ਵਿੱਚ ਆਇਆ ਸੀ ਦਾਨ ਤੇ ਧਨ ਨਹੀਂ ਘਟਦਾ ਧਨ ਕੁਚਾਲ ਚੱਲਣ ਤੇ ਘਟਦਾ ਅੱਜ ਸਤਿਗੁਰਾਂ ਦੇ ਹੁਕਮਨਾਮੇ ਵਿੱਚ ਆਇਆ ਸੀ ਹੁਕਮਨਾਮੇ ਵਿੱਚ ਆਇਆ ਸੀ ਜਥਾ ਸ਼ਕਤ ਦਾਨ ਕਰਨਾ ਫਿਰ ਆਇਆ ਸੀ ਭੁੱਖੇ ਨੂੰ ਰੋਟੀ ਖਵਾਇਓ
ਆਨਾ ਦਾ ਦਾਨ ਸਭ ਤੇ ਵੱਡਾ ਦਾਨ ਹੈ ਜੇ ਧਿਆਨ ਨਾਲ ਸੁਣਿਆ ਤਾਂ ਤੁਹਾਨੂੰ ਇਹ ਗੱਲਾਂ ਪਤਾ ਹੋਣਗੀਆਂ ਤੇ ਜੇ ਪਤਾ ਹੋਣਗੀਆਂ ਕਿ ਤੁਸੀਂ ਇਹਨਾਂ ਗੱਲਾਂ ਨੂੰ ਫੋਲੋ ਕਰੋਗੇ ਨਾ ਕਿ ਸਤਿਗੁਰੂ ਰਾਮ ਸਿੰਘ ਨੇ ਦਾਨ ਨੂੰ ਕਿੱਡਾ ਵੱਡੀ ਮਹੱਤਤਾ ਦੇ ਦਿੱਤੀ ਇਸ਼ਨਾਨ ਕਰਦੇ ਹੋ ਤੁਹਾਡੀ ਦੇਹ ਪਵਿੱਤਰ ਹੁੰਦੀ ਹੈ ਇਸ਼ਨਾਨ ਕੀਤਿਆਂ ਤੁਹਾਡੀ ਦੇਹ ਪਵਿੱਤਰ ਹੁੰਦੀ ਹੈ ਪਰ ਯਾਦ ਰੱਖਿਓ ਦਾਨ ਕੀਤਿਆਂ ਤੁਹਾਡਾ ਵੀ ਭਲਾ ਤੇ ਜਿਹਦੀ ਤਲੀ ਤੇ ਧਰ ਦਿੰਦੇ ਹੋ ਉਹਦਾ ਵੀ ਭਲਾ ਦਾਨ ਉਹ ਚੀਜ਼ ਹੈ ਜਿਹਦੇ ਨਾਲ ਦੋ ਪੱਖਾਂ ਦਾ ਭਲਾ ਹੋ ਜਾਂਦਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੰਗਤ ਵਿੱਚ ਬੈਠੇ ਸਨ ਤੇ ਜਿਹੜਾ ਸੀ ਨਾ ਭਾਈ ਸੁਥਰਾ ਇਹ ਕੜਾਹ ਪ੍ਰਸ਼ਾਦ ਵਰਤਾਉਣ ਲੱਗ ਪਿਆ ਤੇ ਵਰਤਾਉਂਦਿਆਂ ਵਰਤਾਉਂਦਿਆਂ ਵੇਖੇ ਜਿਹਨੇ ਤੇ ਚੰਗਾ ਸੋਨੇ ਦਾ ਕੜਾ ਪਾਇਆ ਤੇ ਮਹਿੰਗੀ ਲੋਈ ਦੀ ਬੁੱਕਲ ਮਾਰੀ ਹੈ ਤੇ ਵੇਖ ਲੈਂਦਾ ਵੀ ਚੰਗਾ ਬੰਦਾ ਹੈ ਇਹਦੀ ਪੱਗ ਨੂੰ ਚੰਗੀ ਮਾਇਆ ਲੱਗੀ ਬੰਦਾ ਚੰਗਾ ਚੋਖਾ ਤਨ ਆ ਰਹੇ ਉਹਨੂੰ ਥੋੜਾ ਪ੍ਰਸ਼ਾਦ ਵੱਧ ਦੇਵੇ ਤੇ ਜਿਹੜਾ ਮੇਰੇ ਵਰਗਾ ਵਿਚਾਰਾ ਥੋੜਾ ਖੁਸ਼ਕ ਸੀ ਉਹਨੂੰ ਜਾ ਕੇ ਥੋੜਾ ਦੇਵੇ ਵੀ ਇਹ ਥੋੜਾ ਤੇ ਉਹ ਕਿਸੇ ਨੇ ਜਾ ਕੇ ਪੰਜਵੇਂ ਪਾਤਸ਼ਾਹ ਨੂੰ ਸ਼ਿਕਾਇਤ ਕਰ ਦਿੱਤੀ ਆਂਦਾ ਜੀ ਅਮੀਰਾਂ ਨੂੰ ਵੱਧ ਤੇ ਗਰੀਬਾਂ ਨੂੰ ਘੱਟ ਦਿੰਦਾ ਜੇ ਤੇ ਪੰਜਵੇਂ ਪਾਤਸ਼ਾਹ ਭਾਈ ਸੁਧਰੇ ਨੂੰ ਸੰਗਤ ਚ ਸੱਦ ਲਿਆ ਆਂਦੇ ਸੁਧਰਿਆ ਖੜਾ ਹੋ ਜਾ ਬਈ ਉਹ ਆਂਦਾ ਜੀ ਹੁਕਮ ਮਹਾਰਾਜ ਆਂਦੇ ਮੈਂ ਸੁਣਿਆ ਵੀ ਤੂੰ ਇਦਾਂ ਕਰਨਾ ਹੈ ਆਂਦਾ ਤੂੰ ਵੀ ਤੇ ਇਦਾਂ ਹੀ ਕੀਤਾ ਹੈ ਮੈਂ ਤੇ ਤੂੰ ਹੀ ਸਿੱਖਿਆ ਹੈ ਜਿਨ੍ਹਾਂ ਨੂੰ ਤੂੰ ਵਧੇਰਾ ਦਿੱਤਾ ਹੈ ਉਹਨਾਂ ਨੂੰ ਮੈਂ ਵਧੇਰਾ ਦਿੰਦਾ ਤੇ ਜਿਨ੍ਹਾਂ ਨੂੰ ਤੂੰ ਥੋੜਾ ਦਿੱਤਾ ਉਹਨਾਂ ਨੂੰ ਮੈਂ ਥੋੜਾ ਦਿੰਦਾ ਦੱਸ ਮੈਂ ਗਲਤ ਕੀ ਕੀਤਾ ਸਾਰੇ ਹੱਸ ਪਏ ਵੀ ਦਿਓ ਜਵਾਬ ਸਤਿਗੁਰ ਆਂਦੇ ਮੈਂ ਨਹੀਂ ਕਿਸੇ ਨੂੰ ਦਿੱਤਾ ਇਹ ਤੇ ਇਹਨਾਂ ਦਾ ਆਪਣਾ ਬੀਜਿਆ ਤੇ ਸਹਿ ਪੰਜਵੇਂ ਪਾਤਸ਼ਾਹ ਨੇ ਸੰਸਕ੍ਰਿਤ ਦੇ ਸਲੋਕਾਂ ਵਿੱਚ ਲਿਖ ਦਿੱਤਾ ਦਾਨੰ ਪਰਾ ਪੂਰਬੇਨ ਪੂ ਚੰਤੇ ਮਹੀਪਤੇ ਉਹਨਾਂ ਆਖਿਆ ਇਹਨਾਂ ਪਿਛਲੇ ਜਨਮ ਦੇ ਦਾਨ ਕੀਤੇ ਤੇ ਇਸ ਜਨਮ ਦੇ ਰਾਜੇ ਬਣ ਗਏ ਦਾਨੰ ਪਰਾ ਪੂਰਬੇਨ ਦਾਨ ਕੀਤਾ ਪਿਛਲੇ ਕਰਮਾਂ ਜੀ ਪਰਾ ਪੂਰਬੇਨ ਪਿਛਲੇ ਕਰਮ ਪੂ ਚੰਤੇ ਮਹੀਪਤੇ ਹੁਣ ਰਾਜੇ ਨੇ ਇਹਨਾਂ ਨੇ ਸੁੱਖ ਆਪਣੀ ਕਰਨੀ ਕਰਕੇ ਲਿਆ ਇਹਨਾਂ ਨੇ ਸੁੱਖ ਜੋ ਬੀਜਿਆ ਉਹ ਵੱਢਿਆ ਇਹਨਾਂ ਦਾਨ ਕੀਤਾ ਇਹ ਰਾਜੇ ਬਣ ਗਏ ਸੁਥਰਿਆ ਇਹਨਾਂ ਨੂੰ ਮੈਂ ਵਧੇਰਾ ਤੇ ਇਹਨਾਂ ਨੂੰ ਮੈਂ ਘੱਟ ਨਹੀਂ ਦਿੱਤਾ ਤੂੰ ਸੰਗਤ ਚ ਇੱਕ ਵਰਤਾਰਾ ਵਰਤਾਈ ਤੂੰ ਨਾ ਇਸ ਗੱਲੋਂ ਪਿਛੜੀ ਗੁਰਮੁਖੋ ਜਿਹਨੇ ਜੋ ਕੀਤਾ ਮੈਂ ਬੜੀ ਵਾਰ ਅਰਜ਼ ਕੀਤੀ ਹੈ ਤੁਸੀਂ ਇੱਥੇ ਬਾਹਰ ਮਿੱਟੀ ਪਈ ਉਹਦੇ ਚ ਕਣਕ ਖਲਾਰ ਦਿਓ ਤੇ ਖਲਾਰਦਿਆਂ ਸਾਰ ਕਣਕ ਚੁੱਕ ਕੇ ਤੇ ਖੰਨੇ ਸੁੱਟ ਆਓ ਉਹ ਮਿੱਟੀ ਚੁੱਕ ਕੇ ਖੰਨੇ ਸੁੱਟ ਆਓ ਯਾਦ ਰੱਖਿਓ ਕਣਕ ਉੱਥੇ ਵੀ ਉੱਗ ਪੈ ਗਈ ਕਿਉਂਕਿ ਰਲ ਚੁੱਕੀ ਹੈ ਜਿਹੜਾ ਕਰਮ ਤੁਸੀਂ ਇਸ ਸਰੀਰ ਵਿੱਚ ਕੀਤਾ ਹੈ ਜੇ ਨਹੀਂ ਉੱਗਿਆ ਤੇ ਮਰ ਗਿਆ ਨਾ ਅਗਲੇ ਜਨਮ ਉੱਗੇਗਾ ਕਿਉਂਕਿ ਮਿੱਟੀ ਚ ਰਲ ਚੁੱਕਾ ਹੈ ਕਿਉਂਕਿ ਬੀਜ ਸਾਡੇ ਅੰਕੁਰ ਸਾਡੀ ਮਿੱਟੀ ਚ ਰਲ ਚੁੱਕਾ ਹੈ ਤੇ ਬੀਜਾਂ ਦਾ ਵੀ ਫਰਕ ਹੁੰਦਾ ਹੈ ਕੋਈ 6 ਮਹੀਨੇ ਉੱਗਦੇ ਨੇ ਕੋਈ ਸਾਲ ਪਿੱਛੋਂ ਉੱਗਦੇ ਨੇ ਤੇ ਧਰੀਆਂ ਦੇ ਦੂਜੇ ਦਿਨ ਕੁੰਗਰ ਪੈਂਦਾ ਹੈ ਫਲ ਵੀ ਏਦਾਂ ਦਾ ਰਹੀ ਨੇ ਪਤਾ ਨਹੀਂ ਕਿਹੜਾ ਬੀਜ ਬੀਜਿਆ ਜਿਹੜਾ ਸਵੇਰੇ ਉੱਗ ਪੈਣਾ ਕਿਸੇ ਨੂੰ 2 ਕਿਸੇ ਨੂੰ 4 ਕਿਸੇ ਨੂੰ 6 ਮਹੀਨੇ ਤੇ ਕਿਸੇ ਨੂੰ ਜਨਮ ਵੀ ਲੱਗ ਜਾਂਦਾ ਹੈ ਤੇ ਫਿਰ ਬੈਠਾ ਸੋਚਦਾ ਹੈ ਹੋਇਆ ਕੀ ਮੈਂ ਤੇ ਕੋਈ ਪਾਪ ਨਹੀਂ ਕੀਤਾ ਯਾਰ ਯਾਦ ਕਰ ਭਗਵਾਨ ਕ੍ਰਿਸ਼ਨ ਮਹਾਰਾਜ ਨੇ ਆਖਿਆ ਸੀ ਪੀਰਾਂ ਦੇ ਸੇਵ ਤੇ ਪੈ ਧ੍ਰਿਸ਼ਟ ਵਰਗਿਆਂ ਨੂੰ ਆਖਿਆ ਸੀ ਉਹਨੇ ਆਖਿਆ ਜਰਾ ਪਿੱਛੇ ਝਾਤੀ ਮਾਰ 101ਵਾਂ ਜਨਮ ਵੇਖ ਕਿਤੇ ਤੂੰ ਕੋਈ ਬੀਜਿਆ ਜਿਹਾ ਬੀਜਾ ਸੋਲਣਾ ਜਿਹਾ ਬੀਜਾ ਸੋਲਣਾ ਕਰਮਾ ਸੰਗੜਾ Thank you.
ولكن جمیل تے ڈکا مر گیا جی اوندا منہ او کھلا تے وچ مکی دا دانا مودا ڈگ پیا تے او مکی دا دانا آندی میں تے ویکھیا کڑی تے پھر میں سوچیا ہائے مانجے دے نال چک کے باہر سوتا جی بچپنا سی جوان ہوئی ویاہی گئی جدوں ویاہی گئی نا تے ایک بچہ ہویا اوندا نا ہی اوندا صوبہ رکھیا ہے نا ہی صوبہ رکھیا ਉਹਨਾਂ ਮਿਲ ਚਲਾ ਗਿਆ ਕਿ ਉਹ ਨਵਾਜ ਮਾਰਨ ਇਹ ਸੂਬਾ ਤੇ ਮੈਂ ਕਿਹਾ ਖਰੇ ਮੈਨੂੰ ਸਦਾ ਨਹੀਂ ਉਹ ਫਿਰ ਆਦੇ ਨਹੀਂ ਨਹੀਂ ਜਿਹਨਾਂ ਨਾਲ ਸੂਬਾ ਇਹਦੇ ਨਾਲ ਸੂਬਾ ਉਹਨਾਂ ਨਾਲ ਸੂਬਾ ਉਹ ਬੱਚਾ ਸੀ ਛੋਟਾ ਸੀ ਅਜੇ ਬੱਚਾ ਸੀ ਕੁਝ ਕੁ ਸਾਲਾਂ ਦਾ ਸੀ ਤੇ ਬੰਦੂਕ ਸਰਾਣੇ ਪਈ ਸੀ ਉਹ ਪਤਾ ਨਹੀਂ ਹਿੱਲੀ ਕੀ ਬਣਿਆ ਉਹ ਚੱਲ ਗਈ ਤੇ ਬੀਬੀ ਸੁਰਜੀਤ ਕੌਰ ਉਹਨੂੰ ਦੱਸਦੀ ਆਂਦੀ ਮੈਂ ਨਾ ਮਧਾਨੀ ਪਾਈ ਸੀ ਸਵੇਰ ਦਾ ਟਾਈਮ ਸੀ میرا گھر والا جڑا سی نا وہ دروازے دے وچ کھلوتا کیس پیچھے سٹے رمالی سر تے رکھی تے مکی دے دانے چبن گیا سی تے گولی چلی گئی ہک چ جی وہ درم تھنے لودا جا پیا آندی میں مدانی سٹ کے بھجی گئی مینوں پتہ کی آندی آندی جدوں میں گئی مینوں تے میرا گھر والا نہیں مینوں چڑا دسن دیا سی تے بالکل اسی طرح اون دے منہ چ وی مکی دا دانا سی آندھی میں اپنے اکھی ویکھیا ایندا وی منہ کھلا سی تے ایندے منہ چ مکی دے دانے سن تے میں سوچیا کرما سنگلا Oh,
ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਬਹੁਤ ਸੁੰਦਰ ਉਚਾਰਿਆ ਜੀ ਲੈ ਭਾਈ ਰਾਤੀ ਤੁਰੇ ਹੈ ਸੁਣਿਓ ਸ਼ਬਦ ਕਿੰਨਾ ਸੋਹਣਾ ਸ਼ਬਦ ਉਚਾਰਿਆ ਆਂਦਿਆ ਲੈ ਭਾਈ ਰਾਤੀ ਤੁਰੇ ਹੈ ਭਾਈ ਦਾ ਮਤਲਬ ਆਪਣਾ ਕੋਈ ਹਥਿਆਰ ਲੈ ਕੇ ਕਿਸੇ ਨੂੰ ਫਾਹੀ ਲਾਉਣ ਵਾਸਤੇ ਕਿਸੇ ਨੂੰ ਲੁੱਟਣ ਵਾਸਤੇ ਲੈ ਫਾਹੀ ਰਾਤੀ ਤੁਰੇ ਪ੍ਰਭ ਜਾਣੇ ਪਰਾਣੀ ਲੋਕਾਂ ਨੂੰ ਲੁੱਟਣ ਵਾਸਤੇ ਫਾਹੀ ਲੈ ਕੇ ਤੂੰ ਤੁਰਨਾ ਤੱਕੈ ਨਾਰ ਪਰਾਇਆ ਲੋਕੀ ਅੰਦਰ ਠਾਣੀ ਅੰਦਰ ਖਾਤੇ ਪਰਾਈਆਂ ਇਸਤਰੀਆਂ ਤੱਕ ਨੇ ਸੰਨੀ ਦੇਨ ਵਿਥਾ ਮਥਾਏ ਮਿੱਠਾ ਮਦ ਬਾਣੀ ਸਨ ਲਾਉਣਾ ਲੋਕਾਂ ਦੇ ਘਰਾਂ ਨੂੰ ਕਰਮੀ ਆਪੋ ਆਪਣੀ ਆਪੇ ਪਛਤਾਣੀ ਆਪੇ ਕਰਮ ਕੀਤਾ ਈ ਫਿਰ ਆਪੇ ਪਛਤਾਏਗਾ ਅਜਰਾਇਲ ਫਰਿਸ਼ਤਾ ਤਿਲ ਪੀੜੇ ਕਹਾਣੀ ਉਹ ਅਜਰਾਇਲ ਅਜਰਾਇਲ ਇਸਲਾਮ ਧਰਮ ਵਿੱਚ ਨੂੰ ਕਹਿ ਦਿੰਦੇ ਆਪਾਂ ਚਿੱਤਰਗੁਪਤ ਕਹਿ ਦਿੰਦੇ ਹਾਂ ਆਂਦੇ ਜਦੋਂ ਲੇਖਾ ਮੰਗੇਗਾ ਤੈਨੂੰ ਪੀੜੇਗਾ ਨਾ ਜਿਹਦੇ ਚ ਤੇਲ ਪੀੜਦੇ ਨੇ ਸਰੋਂ ਦਾ ਕਹਾਣੀ ਉਹਦੇ ਵਿੱਚ ਪਾ ਕੇ ਤੈਨੂੰ ਪੀੜਨਗੇ ਤੈਨੂੰ ਮੱਤ ਆ ਜਾਏਗੀ ਤੂੰ ਕੀਤਾ ਤੇ ਤੂੰ ਹੀ ਭੋਗਦਾ ਰਾਜੇ ਅਜੈ ਨੇ ਲਿੱਦ ਪਾ ਦਿੱਤੀ ਸਾਧੂ ਨੇ ਲਿੱਦ ਲੈ ਲਈ ਉਹ ਆਂਦਾ ਤਥਾਸਤੂ ਠੀਕ ਹੈ ਰੱਬ ਤੇਰਾ ਭਲਾ ਕਰੇ ਤੇ ਤੇਰਾ ਇਹ ਸਾਰਾ ਦਾਨ ਕੀਤਾ ਵਧੇ ਫੁੱਲੇ ਇੰਨਾ ਕਹਿ ਕੇ ਚਲਾ ਗਿਆ ਇਹਨੂੰ ਚਿੰਤਾ ਪੈ ਗਈ ਕੁਝ ਮਹੀਨੇ ਲੰਘ ਗਏ ਜੀ ਕੁਝ ਮਹੀਨੇ ਇਹਨੇ ਆਖਿਆ ਯਾਰ ਉਹ ਸਾਧੂ ਕਿੱਥੇ ਆ ਜਿਹਨੂੰ ਮੈਂ ਲਿੱਦ ਦਾਨ ਵਿੱਚ ਦੇ ਬੈਠਾ ਸਾਂ ਉਹਨੇ ਆਖਿਆ ਜੀ ਕਿਤੇ ਜੰਗਲਾਂ ਬੀਆਂ ਬਾਣਾਂ ਵਿੱਚ ਉਹਨਾਂ ਦਾ ਡੇਰਾ ਹੋਏਗਾ ਸੰਤ ਜੀ ਆਪਣੇ ਲਸ਼ਕਰ ਸਿਪਾਹੀਆਂ ਘੋੜਿਆਂ ਤੇ ਸਵਾਰ ਹੋ ਕੇ ਇਹ ਜਿਉਂ ਤੁਰਿਆ ਤੇ ਜਦੋਂ ਜੰਗਲ ਚੋਂ ਲੰਘਦਾ ਪਿਆ ਨਾ ਤੇ ਉਹ ਸਾਧੂ ਵੇਖ ਲਿਆ ਝੌਂਪੜੀ ਪਾਈ ਬੈਠਾ ਤਪੱਸਿਆ ਕਰਦਾ ਪਿਆ ਸੀ ਰਾਜਾ ਅਜੈ ਆਪਣੇ ਘੋੜਿਓ ਹੇਠਾਂ ਉਤਰਿਆ ਨਮਸਕਾਰ ਕੀਤੀ ਤੇ ਪੁੱਛਿਆ ਮਹਾਰਾਜ ਆ ਲਿੱਦ ਦਾ ਢੇਰ ਬੜਾ ਵੱਡਾ ਲੱਗਾ ਪਿਆ ਘੋੜਾ ਰੱਖ ਲਿਆ ਜੇ ਭਗਵਾਨ ਦੇ ਨਹੀਂ ਮਹਾਰਾਜ ਤੁਸੀਂ ਵੀ ਘੋੜਾ ਰੱਖ ਲਿਆ ਹੋਰ ਗੱਲ ਚ ਪੈ ਗਿਆ ਸੀ ਨਾ ਮੈਂ ਖਰੇ ਕਿ ਤੁਹਾਨੂੰ ਸੁਣਾਈਏ ਵੀ ਉਹ ਕੋਈ ਸਾਧੂ ਸੀ ਉਹ ਜੰਗਲ ਚ ਬੈਠਾ ਤਪੱਸਿਆ ਕਰਦਾ ਸੀ ਤੇ ਤਪੱਸਿਆ ਕਰਦਿਆਂ ਕਰਦਿਆਂ ਇੱਕ ਦਿਨ ਲਾਗਿਓ ਛੋਟਾ ਜਿਹਾ ਬਿੱਲੀ ਦਾ ਬੱਚਾ ਲੰਘਿਆ ਤੇ ਸਾਧੂ ਨੇ ਚੁੱਕ ਲਿਆ ਉਹਨੇ ਆਖਿਆ ਬਿੱਲੀ ਦਾ ਬੱਚਾ ਹੈ ਠੰਡ ਪੈਂਦੀ ਮਾਰੀ ਨਾ ਜਾਏ ਤੇ ਉਹ ਫਿਰ ਰੋਜ਼ ਨਾ ਕਿਸੇ ਦੇ ਘਰੋਂ ਦੁੱਧ ਮੰਗਾਉਣਾ ਤੇ ਰੋਜ਼ ਰੋਜ਼ ਦੁੱਧ ਕੌਣ ਦਾ ਹੈ ਚੇਲੇ ਆਖਿਆ ਮਹਾਰਾਜ ਲੋਕਾਂ ਤੋਂ ਦੁੱਧ ਲੈਣ ਜਾਂਦੇ ਆ ਨੱਕ ਮੂੰਹ ਵੱਟਦੇ ਨੇ ਤੇ ਆਪਾਂ ਗਾਂ ਹੀ ਰੱਖ ਲਈਏ ਆਂਦਾ ਚੰਗੀ ਗੱਲ ਇਹਨਾਂ ਇੱਕ ਗਾਂ ਰੱਖ ਲਈ ਹੁਣ ਗਾਂ ਨੂੰ ਪੱਠੇ ਪੁੱਠੇ ਪਾਉਂਦੇ ਨੇ ਗਾਂ ਧਾਰ ਕੱਢਦੇ ਨੇ ਦੁੱਧ ਹੋ ਗਿਆ ਉਹ ਆਂਦਾ ਮਹਾਰਾਜ ਗੱਲ ਇਹ ਆ ਵੀ ਦੁੱਧ ਗਾਂ ਦਾ ਸੰਭਾਲਣ ਵਾਸਤੇ ਹੁਣ ਆਪਾਂ ਤੇ ਬੰਦੇ ਆ ਰਿੜਕਣਾ ਰੁਕਣਾ ਬੜਾ ਔਖਾ ਹੈ ਤੇ ਕੋਈ ਬੀਬੀ ਆਣ ਕੇ ਸਾਂਭੇ ਤਾਂ ਉਹ ਬੀਬੀ ਵਿਚਾਰੀ ਆ ਗਈ ਉਹ ਸੰਭਾਲ ਕਰਨ ਲੱਗ ਪਈ ਧੀਰੇ ਧੀਰੇ ਸੰਭਾਲ ਕਰਦਿਆਂ ਲੋਕਾਂ ਆਖਿਆ ਵੀ ਸੰਤ ਜੀ ਜਿਹੜੇ ਨਾ ਉਹ ਚੰਗੇ ਨਹੀਂ ਵੇਖੋ ਬੀਬੀ ਰੋਜ਼ ਇਹਨਾਂ ਦੇ ਡੇਰੇ ਜਾਂਦੀ ਹੈ ਉਹਨਾਂ ਆਖਿਆ ਸੰਤ ਜੀ ਕਲੰਕੀ ਮਟਾਓ ਤੁਸੀਂ ਵਿਆਹ ਹੀ ਕਰਾ ਲਓ ਉਹਨਾਂ ਉਹ ਬੀਬੀ ਨਾਲ ਵਿਆਹ ਕਰਾ ਲਿਆ ਕਰਦਿਆਂ ਕਰਦਿਆਂ ਸਮਾਂ ਬਤੀਤ ਹੁੰਦਾ ਗਿਆ ਬੱਚੇ ਪੈਦਾ ਹੋ ਗਏ ਲਾੜਾ ਉਹ ਫਿਰ ਪੈ ਗਿਆ ਸਿਆਪੇ ਉਹ ਕੰਕੋਲ ਬਣ ਗਈ ਲੱਤਾਂ ਹੋ ਗਈਆਂ ਬੱਚਾ ਹੋ ਗਿਆ ਪੋਤਰੇ ਹੋ ਗਿਆ ਗਾਂ ਗਾਂ ਮਰ ਲੱਗਾ ਤੇ ਚੇਲਾ ਜਾ ਕੇ ਆਉਂਦਾ ਸੰਤ ਜੀ ਸਾਰੀ ਉਮਰ ਤੁਹਾਡੀ ਸੇਵਾ ਕੀਤੀ ਜਾਣ ਲੱਗੇ ਕੋਈ ਸਿੱਖਿਆ ਦੇ ਦਿਓ ਆਉਂਦਾ ਬਿੱਲੀ ਨਾ ਪਾਲੋ ਜੀ ਬਸ ਇੰਨੀ ਸਿੱਖਿਆ ਲੈ ਲਓ ਮਤਲਬ ਜੰਜਾਲਾਂ ਚ ਨਾ ਫਸ ਜਾਇਓ ਤੇ ਉਹ ਵੀ ਪੁੱਛਦਾ ਹੈ ਮਹਾਰਾਜ ਘੋੜਾ ਰੱਖ ਲਿਆ ਜੇ ਉਹ ਆਂਦੇ ਨਹੀਂ ਆ ਫਿਰ ਇੰਨੀ ਲਿੱਦ ਉਹਨੇ ਆਖਿਆ ਰਾਜਨ ਤੇਰੀ ਤੂੰ ਜਿਹੜੀ ਦਾਨ ਕੀਤੀ ਸੀ ਇਹ ਮੇਰਾ ਦਾਨ ਕੀਤਾ ਮੈਂ ਤੇ ਇੰਨੀ ਕੁ ਕੀਤੀ ਸੀ ਉਹਨੇ ਆਖਿਆ ਇੰਨੀ ਕੀਤੀ ਵਧੀ ਹੈ ਇਹ ਤੇਰਾ ਦਾਨ ਵਧੀਆ ਹੈ ਹੋ 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 ਇਹ ਮਿਲੇਗਾ ਹਾਂ ਇਹ ਤੈਨੂੰ ਖਾਣ ਨੂੰ ਮਿਲੇਗਾ ਇਹੀ ਦਾਨ ਤੈਨੂੰ ਖਾਣ ਨੂੰ ਮਿਲੇਗਾ ਮਹਾਰਾਜ ਮੈਂ ਲਿੱਦ ਨਹੀਂ ਖਾ ਸਕਦਾ ਸੁਣਿਓ ਹੁਣ ਲਿੱਦ ਕਿਹਨੇ ਖਾਣੀ ਹੈ ਉਹਨਾਂ ਆਖਿਆ ਤੂੰ ਨਹੀਂ ਖਾ ਸਕਦਾ ਨਹੀਂ ਤੇ ਸੰਤ ਤੇ ਵਿਚਾਰੇ ਹੁੰਦੇ ਹੀ ਮੱਖਣ ਵਰਗੇ ਨਰਮ ਨੇ ਝੱਟ ਪਿਘਲ ਜਾਂਦੇ ਨੇ ਥੋੜਾ ਜਿਹਾ ਸੇਕ ਪਿਆ ਤੇ ਚਰਨ ਫੜ ਲੈ ਮਹਾਰਾਜ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਂ ਮਰ ਗਿਆ ਮੈਂ ਲਿੱਦ ਕਿਵੇਂ ਖਾਵਾਂਗਾ ਉਹਨੇ ਆਖਿਆ ਫਿਰ ਕਰ ਨਿੰਦਿਆ ਕਰਾ ਉਹਨੇ ਆਖਿਆ ਨਿੰਦੇ ਨਾਲ ਕੀ ਹੋਏਗਾ ਉਹਨੇ ਆਖਿਆ ਜਿਹੜਾ ਜਿਹੜਾ ਨਿੰਦਿਆ ਕਰੇਗਾ ਉਹ ਇਹ ਲਿੱਦ ਖਾਏਗਾ ਤੇਰੀ ਮੁੱਕ ਜਾਏਗੀ ਨਿੰਦਾ ਨਾ ਕਰੀ ਜਿੰਦੇ ਮੇਰੀਏ ਨਿੰਦਾ ਨਾ ਕਰੀ ਜਿੰਦੇ ਮੇਰੀਏ ਨਿੰਦਾ
ਲੱਗੇ ਨਾ ਕੋਈ ਸਾਡੀ ਨਿੰਦਿਆ ਕਰਦਾ ਤੇ ਥੋੜਾ ਜਿਹਾ ਕੜਾ ਪ੍ਰਸ਼ਾਦ ਬਣਾ ਲਿਆ ਕਰੋ ਕੌਲੀ ਚ ਪਾ ਕੇ ਰਮਾਲੀ ਧਰ ਕੇ ਤੇ ਚੇਚਾ ਜਾਇਆ ਕਰੋ ਆਖੋ ਵੀਰ ਸ਼ੱਕ ਤੇਰੇ ਲਈ ਬਣਾ ਕੇ ਆਉਂਦਾ ਹੈ ਪਤਾ ਹੈ ਬੰਦਾ ਮੇਰੀ ਨਿੰਦਿਆ ਕਰਦਾ ਹੈ ਜਿੱਥੇ ਮਿਲੇ ਉਹਦੇ ਚਰਨਾਂ ਦੀ ਧੂੜ ਆਪਣੇ ਮੱਥੇ ਨੂੰ ਲਾ ਲਿਆ ਕਰੋ ਕਿਉਂ ਉਹ ਤੁਹਾਨੂੰ ਬੇਕੁੰਠ ਕਰਨ ਲੱਗਾ ਹੈ ਉਹ ਕੋਈ ਰਾਜਾ ਉਹਨੇ ਲੰਗਰ ਕੀਤਾ ਤੇ ਛੱਤ ਨਹੀਂ ਸੀ ਉੱਤੇ ਤੋ ਇਲ ਜਿਹੜੀ ਸੀ ਨਾ ਉਹ ਸੱਪ ਚੁੱਕ ਕੇ ਲੈ ਜਾਂਦੀ ਸੱਪ ਮਰਿਆ ਸੀ ਤੇ ਉਹ ਜਦੋਂ ਲਈ ਜਾਏ ਨਾ ਜੀ ਤੇ ਉਹ ਸੱਪ ਉਹ ਲਟਕਦਾ ਸੀ ਤੇ ਉਹ ਜਦੋਂ ਟੱਪਣ ਲੱਗੀ ਤੇ ਉਹ ਖੀਰ ਦਾ ਕੜਾਇਆ ਸੀ ਤੇ ਉਹ ਬੂੰਦਾਂ ਯਾਰ ਦੀਆਂ ਵਿੱਚ ਪੈ ਗਈ ਸੱਪ ਦੇ ਮੂੰਹ ਚੋਂ ਸਭਾਈ ਉਹ ਨਿਕਲ ਕੇ ਤੋਲੀ ਤੇ ਡਿੱਗ ਪਈਆਂ ਉਹ ਜਿਹਨੇ ਜਿਹਨੇ ਖੀਰ ਖਾਧੀ ਦਿਨ ਨਾ ਪੈ ਤੋ ਵਿਚਾਰੇ ਮਰ ਗਏ ਰਾਜੇ ਦਾ ਘਰ ਖੀਰ ਲੰਗਰ ਉਹਨੇ ਕੀਤਾ ਪੰਡਤਾਂ ਖਾਧੀ ਮਰ ਗਏ ਤੇ ਚਿੱਤਰਗੁਪਤ ਨੂੰ ਚਿੰਤਾ ਪੈ ਗਈ ਵੀ ਹੁਣ ਮੈਂ ਕਿਹਦਾ ਨਾਂ ਲਾਵਾਂ ਉਹ ਜਿਹੜੀ ਇਲ ਏ ਉਹ ਆਪਣੇ ਸੁਭਾਏ ਜਾਣ ਡਈ ਏ ਸੱਪ ਮਰਿਆ ਹੈ ਰਾਜੇ ਨੂੰ ਪਤਾ ਨਹੀਂ ਇਹ ਹੁਣ ਪਾਪ ਕਿਹਨੂੰ ਲੱਗੀਏ ਤੇ ਉਹ ਫਿਰ ਵਿਚਾਰਾ ਆਇਆ ਸੰਸਾਰ ਉੱਤੇ ਵੀ ਵੇਖਾਂ ਜਾ ਕੇ ਰਾਜੇ ਨੂੰ ਮਿਲ ਮਿਲ ਕੇ ਗੱਲ ਕਰਕੇ ਕਿਸੇ ਕਦੇ ਫਸੇ ਤੇ ਸਹੀ ਹੁਣ ਕੋਈ ਤੇ ਢੱਗ ਬਣੇ ਉਹ ਜਦੋਂ ਆਇਆ ਤੇ ਤੁਰਿਆ ਜਾਏ ਤੇ ਉਹ ਮਾਈ ਇੱਕ ਵਿਚਾਰੀ ਪਾਣੀ ਕੱਢਦੀ ਪਈ ਸੀ ਖੂਹੇ ਤੋਂ ਤੇ ਉਹ ਜਦੋਂ ਉਹਨੇ ਪੁੱਛਿਆ ਨਾ ਮਾਈ ਫਲਾਣੇ ਰਾਜੇ ਦਾ ਘਰ ਕਿੱਥੇ ਪੈਂਦਾ ਮਹੱਲ ਕਿੱਥੇ ਕੂਏ ਆਂਦੀ ਮਰਨਾ ਹੀ ਕਿਹੜੀ ਗੱਲ ਹੈ ਤੈਨੂੰ ਨੀ ਪਤਾ ਅਜੇ ਨਹੀਂ ਉਹ ਤੇ ਕੜਾਇਆ ਲੈ ਆਂਦਾ ਉਹਦੇ ਥੱਲੇ ਅੱਗ ਬਾਲੀ ਫਿਰ ਜ਼ਹਿਰ ਪਾਇਆ ਫਲਾਣੇ ਨੇ ਵੇਖ ਲਿਆ ਯਾਰ ਮਤਲਬ ਗੱਲ ਨੂੰ ਫੁੱਲ ਲਾ ਦੇਣੇ ਉਨੀ ਗੱਲ ਹੋਣੀ ਨਾ ਜਿੰਨੀ ਵਧਾ ਕੇ ਦੱਸ ਦੇਣੀ ਉਹਨੇ ਚੰਗਾ ਚਿੱਠਾ ਤਿਆਰ ਕਰ ਦਿੱਤਾ ਚਿੱਤਰਗੁਪਤ ਹੱਸ ਕੇ ਆਂਦਾ ਲਓ ਆਹ ਲੱਭ ਗਿਆ ਜੇ ਸਾਰਾ ਇਹਨੂੰ ਪਾਓ
راجے جی نے پوچھیا مہاراج اے لد مکے گی کیویں اوناں آکھیا نندیا کرا جویں جویں تیری نندیا ہوئے گی اے لد کٹ اونے پھر جی رنگ پا لیا بوتل وچ تے کوئی نال لڑکیاں لے لیاں تے رس تے چڑھ کے جاوے تے لوگ آکھن او ہو راجے تے بدھی پشتی گئی ہے او پھر سبھا ہے ساڈا ਘਰ ਜਾ ਕੇ ਲੋਕਾਂ ਫਿਰ ਚਾਰ ਲਾ ਕੇ ਦੱਸਣੀਆਂ ਵੀ ਉਹ ਤੇ ਜੀ ਇੰਜ ਸੀ ਉਹ ਤੇ ਇੰਜ ਸੀ ਹੈ ਵੀ ਹੁੰਦਾ ਨਾ ਹੋਈ ਗੱਲ ਕਰ ਲਈ ਤੇ ਨਹੀਂ ਪਾਪ ਅਨਹੋਈ ਕਰੀ ਜਾਣੀ ਨਹੀਂ ਠੀਕ ਜਿਹੜੀ ਹੋਈ ਉਹ ਤੇ ਚਲੋ ਮੰਨ ਲਏ ਵੀ ਗੱਲ ਸੀ ਕਰ ਲਈ ਸਤਿਗੁਰੂ ਰਾਮ ਸਿੰਘ ਕਹਿੰਦੇ ਨੇ ਕਿਸੇ ਦਾ ਬੁਰਾ ਕਰਮ ਛੁਪਾਉਣਾ ਨਹੀਂ ਕਿਸੇ ਨੇ ਇਹਦਾ ਮਤਲਬ ਇਹ ਨਹੀਂ ਵੀ ਕੋਠੇ ਤੇ ਚੜ੍ਹ ਜਾਓ ਟੈਕੂ ਰਾਓ ਦੱਸਾਂ ਸਾਡਾ ਗੁਆਂਢੀ ਕਿਹੋ ਜਿਹਾ ਬੁਰਾ ਉਹ ਦੱਸਾਂ ਇਹਦਾ ਮਤਲਬ ਇਹ ਨਹੀਂ ਇਹਦਾ ਮਤਲਬ ਇਹ ਆ ਜੇ ਮੈਂ ਚੋਰ ਹਾਂ ਤੇ ਮੈਨੂੰ ਬਾਹ ਤੋਂ ਫੜ ਕੇ ਉੱਥੇ ਜਾ ਕੇ ਆਖੋ ਵੀ ਵੀਰ ਚੋਰੀ ਨਾ ਕਰਿਆ ਕਰ ਮੇਰੇ ਤੋਂ ਨਹੀਂ ਛੁਪਾਉਣਾ ਜਿਹੜਾ ਬੁਰਾ ਕਰਮ ਕਰਦਾ ਪਿਆ ਉਹਨੂੰ ਜਾ ਕੇ ਆਖੋ ਸੁਧਰ ਨਾ ਉਹਨੇ ਆਖੇ ਲੋਕਾਂ ਨੇ ਬੁਰਾ ਕਰਮ ਕਰਨ ਵਾਲਾ ਤੇ ਤੁਰਿਆ ਜਾਂਦਾ ਤੇ ਤੁਸੀਂ ਦੇ ਧੂਸ ਪੱਟੀ ਹੁੰਦੀ ਰਾਤ ਨੂੰ ਗੱਲ ਦੱਸਾਂ ਅੱਜ ਫਲਾਣੇ ਅੱਜ ਕੀਤਾ ਇਟਮ ਨਾ ਜਿੰਦਾ ਪਤਾ ਲੱਗੇ ਸਤਿਗੁਰੂ ਜਗਜੀਤ ਸਿੰਘ ਦਾ ਉਪਦੇਸ਼ ਸੁਣੋ ਜੇ ਕੋਈ ਗਲਤ ਹੈ ਉਹਨੂੰ ਪਿਆਰ ਨਾਲ ਬਾ ਕੇ ਸਮਝਾਓ ਉਹ ਠੀਕ ਹੋ ਜਾਏਗਾ ਪਰ ਜੇ ਧੜੇ ਬਣਾਓਗੇ ਲੋਕਾਂ 'ਚ ਗੱਲਾਂ ਕਰੋਗੇ ਠੀਕ ਹੋਣ ਦੀ ਬਜਾਏ ਗੱਲ ਹੋਰ ਵਿਗੜ ਜਾਏਗੀ ਜਿਹਨੂੰ ਤੁਸੀਂ ਮਾੜਾ ਵਹਿੰਦੇ ਹੋ ਉਹਨੂੰ ਚੰਗਾ ਕਰਨ ਵਾਸਤੇ ਉਹਦੇ ਇਕੱਲਿਆਂ ਗੱਲ ਕਰਿਆ ਕਰੋ ਬੁਰਾ ਕਰਮ ਛੁਪਾਉਣਾ ਨਹੀਂ ਕਿਸੇ ਨੇ ਉਹਦੇ ਤੋਂ ਨਹੀਂ ਛੁਪਾਉਣਾ ਜਿਹੜਾ ਕਰਦਾ ਹੈ ਉਹਨੂੰ ਦੱਸ ਦਿਓ ਵੀ ਇਹ ਕਰਮ ਬੁਰਾ ਹੈ ਇਹ ਨਾ ਕਰ ਅੱਛਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਅਸੀਂ ਬਚ ਜਾਈਏ ਇਹਨੇ ਆਖਿਆ ਜੀ ਠੀਕ ਹੈ ਲੋਕਾਂ ਨਿੰਦਿਆ ਕੀਤੀ ਜੀ ਰਾਜੇ ਦੀ ਨਿੰਦਿਆ ਕੀਤੀ ਤੇ ਫਿਰ ਗਿਆ ਕਿ ਉਹ ਜਿੰਨੀ ਕੁ ਦਾਨ ਕੀਤੀ ਸੀ ਉਨੀ ਕੁ ਰਹਿ ਗਈ ਆਂਦਾ ਸ਼ੁਕਰ ਇਹ ਘੱਟ ਗਈ ਆ ਤੇ ਬੜੀ ਕਿਰਪਾ ਹੋਈ ਹੈ ਤੇ ਆਹ ਜਿਹੜੀ ਰਹਿ ਗਈ ਮਹਾਰਾਜ ਉਹਨੇ ਆਖਿਆ ਕੋਈ ਹੈ ਸੂਰਮਾ ਜਿਹਨੇ ਤੇਰੀ ਨਿੰਦਿਆ ਨਹੀਂ ਕੀਤੀ ਉਹ ਨਹੀਂ ਤੇਰੀ ਲਿਦ ਖਾਊ ਉਹਨੇ ਆਖਿਆ ਉਹ ਕਿਹੜਾ ਹੀ ਫਿਰ ਪਿੰਡ 'ਚ ਫਿਰਿਆ ਇੱਕ ਲੁਹਾਰ ਸੀ ਜਿਹੜਾ ਲੁਹਾਰੀ ਦਾ ਕੰਮ ਕਰਦਾ ਸੀ ਲੋਹੇ ਦਾ ਕੰਮ ਕਰਦਾ ਸੀ ਫਿਰ ਇਹ ਰਾਜਾ ਉਹਦੇ ਕੋਲ ਗਿਆ ਰੂਪ ਬਦਲ ਕੇ ਜਾ ਕੇ ਉਹਦੇ ਕੋਲ ਬਹਿ ਕੇ ਆਂਦਾ ਵੀ ਇਹ ਹੋਏ ਆ ਰਾਜਾ ਕੀ ਕਰਦਾ ਦਾਤਰੀਆਂ ਹੱਥ 'ਚ ਫੜੀਆਂ ਵੀ ਇਹਨਾਂ ਨੂੰ ਤਿੱਖੀਆਂ ਕਰਦੇ ਤੇ ਕੋਈ ਦੋ ਚਾਰ ਸ਼ਸਤਰ ਹੱਥ 'ਚ ਫੜੇ ਵੀ ਇਹਨਾਂ ਨੂੰ ਲੁਹਾਰ ਨੂੰ ਆਖਿਆ ਤਿੱਖੀਆਂ ਕਰਦੇ ਤੇ ਕੋਲ ਬਹਿ ਕੇ ਲੱਗ ਪਿਆ ਸ਼ੁਰੂ ਹੋ ਗਿਆ ਵੇਖ ਰਾਜੇ ਨੇ ਕੀ ਕੀਤਾ ਹੈ ਕਿਵੇਂ ਸ਼ਰਾਬਾਂ ਪੀਂਦਾ ਕਿਵੇਂ ਇਹਨੇ ਇੱਥੇ ਖਲਾਰਾ ਗੰਦ ਪਾਇਆ ਉਹ ਆਂਦਾ ਉੱਠ ਚੱਲ ਬਾਹਰ ਚੱਲ ਨਿਕਲ ਬਾਹਰ ਤੈਨੂੰ ਮੈਂ ਹੀ ਲੱਭਾਂ ਕੁਛ ਕਰਨ ਵਾਸਤੇ ਅੱਛਾ ਮੈਨੂੰ ਇਹ ਦੱਸੋ ਤੁਸੀਂ ਸੱਚੀ ਦੱਸਿਓ ਵੀ ਜਦੋਂ ਤੁਸੀਂ ਕੇਲਾ ਖਾ ਲੈਂਦੇ ਹੋ ਛਿੱਲੜ ਦਾ ਕੀ ਕਰਦੇ ਹੋ ਡਸਟਬਿਨ 'ਚ ਸੁੱਟਦੇ ਹੋ ਤੇ ਜਿਹੜਾ ਬੰਦਾ ਸਾਰੇ ਪਿੰਡ ਦੀ ਮੈਲ ਇਕੱਠੀ ਕਰਕੇ ਤੁਹਾਡੇ ਕੰਨ 'ਚ ਪਾਉਣ ਡਿਆ ਤੁਹਾਨੂੰ ਡਸਟਬਿਨ ਨਹੀਂ ਸਮਝਦਾ ਵੀ ਜਿੰਨੀਆਂ ਭੈੜੀਆਂ ਗੱਲਾਂ ਇਹਦੇ 'ਚ ਪਾ ਦਿਓ ਉਹਨੂੰ ਉਸੇ ਵੇਲੇ ਆਖਿਆ ਕਰੋ ਖਬਰਦਾਰ ਬਣ ਇੱਥੇ ਨਹੀਂ ਪੈਣੀਆਂ ਇੱਥੇ ਨਾਮ ਪਏਗਾ ਇੱਥੇ ਬਾਣੀ ਪਏਗੀ ਇੱਥੇ ਗੁਰੂ ਕਾ ਬਚਨ ਪਏਗਾ ਕੋਈ ਕਥਾ ਸੁਣਾ ਕੋਈ ਵਾਰਤਾ ਸੁਣਾ ਆਹ ਕਿਹੜੀਆਂ ਗੱਲਾਂ ਸੁਣਾਉਣ ਲੱਗ ਪਿਆ ਉਹ ਫਿਰ ਸਾਡੇ ਅੰਦਰ ਕੂੜਾ ਇਕੱਠਾ ਹੋ ਜਾਂਦਾ ਜੇ ਅਸੀਂ ਉਦੋਂ ਸਿਆਣੇ ਹਾਂ ਅਸੀਂ ਅਗਲਾ ਡਸਟਬਿਨ ਲੱਭ ਲੈਂਦੇ ਉਹਦੇ ਕੋਲ ਜਾ ਕੇ ਬਹਿ ਕੇ ਕਰਦੇ ਹਾਂ ਤੇ ਗੱਲ ਬਦਲ ਜਾਂਦੀ ਉਹਨੇ ਆਖਿਆ ਲੁਹਾਰ ਨੇ ਨਹੀਂ ਕੀਤੀ ਉਹਨੇ ਨਹੀਂ ਕੀਤੀ ਉਹਨੇ ਆਖਿਆ ਉੱਠ ਕੇ ਬਾਹਰ ਹੋ ਜਾ ਮੇਰੇ ਇੱਥੇ ਚੱਲ ਮੇਰੀ ਦੁਕਾਨ 'ਚੋਂ ਬਾਹਰ ਹੋ ਜਾ ਮੈਂ ਤੂੰ ਆਇਆ ਵੱਡਾ ਤੂੰ ਨਿੰਦਿਆ ਕਰਨਾ ਹੋਏ ਨਿੰਦਾ ਤੇ ਮਨਮੁੱਖ ਕਰਦੇ ਨੇ ਗੁਰਮੁਖ ਨਹੀਂ ਕਰਦੇ ਗੁਰਮੁਖ ਤੇ ਬਚਨ ਕਰਦੇ ਨੇ ਸੋਹਣੇ ਤੇ ਚੰਗੇ ਕਿਉਂ ਗੁਰਮੁਖਾਂ ਨੂੰ ਉਪਦੇਸ਼ ਬੁਰੇ ਦਾ ਭਲਾ ਕਰ ਉਹਦੇ ਵਾਸਤੇ ਸਾਰੇ ਚੰਗੇ ਨੇ ਅੱਛਾ ਫਿਰ ਆਇਆ ਆਉਂਦਾ ਮਹਾਰਾਜ ਉਹਦੀ ਜੇ ਨਿੰਦਿਆ ਕਰਦਾ ਉਹਨੇ ਆਖਿਆ ਫਿਰ ਤੈਨੂੰ ਖਾਣੀ ਪਏਗੀ ਉਹਨੇ ਆਖਿਆ ਮੈਂ ਖਾ ਨਹੀਂ ਜੇ ਸਕਦਾ ਉਹਨੇ ਆਖਿਆ ਤਰੀਕਾ ਦੱਸ ਦਿੰਦੇ ਹਾਂ ਇਹਨੂੰ ਭੁੰਨ ਲੈ ਸਮਝ ਗਏ ਹੋ ਸਾੜ ਲੈ ਮਤਲਬ ਇਹਨੂੰ ਸਾੜ ਲੈ ਉਹ ਫਿਰ ਸਾੜੀ ਸੜ ਕੇ ਉਹ ਰਾਖ ਬਣ ਗਈ ਰਾਖ ਬਣ ਕੇ ਤੁਸੀਂ ਪੁੜੀਆਂ ਬਣਾ ਦਿੱਤੀਆਂ ਆਖਿਆ ਰੋਜ਼ ਦੁੱਧ ਨਾਲ ਸਵੇਰੇ ਉੱਠ ਕੇ ਖਾ ਲਿਆ ਕਰ ਹੈ ਤੇਰਾ ਬੀਜਿਆ ਨਾ ਜੋ ਬੀਜੇਗਾ ਸਾਕਤ ਚੱਲਿਆ ਜੋ ਬੀਜੇਗਾ ਸਾਕਤ ਚੱਲਿਆ ਉਹ ਵੱਡੇ ਨਾ ਪੈਣਾ
ਦ੍ਰੋਪਦੀ ਨੇ ਪੁੱਛਿਆ ਸੀ ਕਿ ਮੈਨੂੰ ਮਾਰ ਕਿਉਂ ਪਈ ਮੈਨੂੰ ਵਾਲਾਂ ਤੋਂ ਫੜ ਕੇ ਧੂਕੇ ਕਿਉਂ ਖੜਿਆ ਮੈਨੂੰ ਬੇਪਤ ਕਿਉਂ ਕੀਤਾ ਤੇ ਭਗਵਾਨ ਕ੍ਰਿਸ਼ਨ ਨੇ ਕੋ ਬਚਨ ਕੀਤਾ ਸੀ ਤੂੰ ਮਾੜਾ ਬੋਲ ਬੋਲਿਆ ਉਹ ਤੇਰਾ ਉੱਗਿਆ ਤੇ ਤੇਰੀ ਬੇਇੱਜ਼ਤੀ ਹੋਈ ਨਾਨਕ ਫਿੱਕਾ ਬੋਲਿਆ ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ ਅੱਗੇ ਆਉਂਦੇ ਨੇ ਫਿੱਕਾ ਮੂਰਖ ਆਖੀਐ ਪਾਣਾ ਵੇਖੋ ਅਖੀਰਲੀ ਤੁਕ ਜਾਂਦੇ ਨੇ ਆਉਂਦੇ ਨੇ ਫਿੱਕਾ ਬੋਲਣ ਵਾਲੇ ਨੂੰ ਮੂਰਖ ਕਿਹਾ ਜਾਂਦਾ ਪਾਣਾ ਨਾ ਛਿੱਤਰਾਂ ਦਾ ਪਾਣਾ ਲਹਿ ਆਂਦੇ ਉਹਨੂੰ ਜੁੱਤੀਆਂ ਦੀ ਮਾਰ ਏ ਤੇ ਦ੍ਰੋਪਦੀ ਤੂੰ ਆਖਿਆ ਸੀ ਅੰਨੇ ਦੇ ਅੰਨੇ ਤੇ ਫਿਰ ਤੈਨੂੰ ਜੁੱਤੀਆਂ ਦੀ ਮਾਰ ਪੈ ਗਈ ਉਹਨੇ ਆਖਿਆ ਫਿਰ ਬਚੀ ਕਿਉਂ ਤੂੰ ਸਾੜੀਆਂ ਦੇ ਢੇਰ ਲਾ ਦਿੱਤੇ ਫਿਰ ਬਚਾਉਂਦੋ ਨਾ ਉਹਨੇ ਆਖਿਆ ਵੀ ਤੂੰ ਬੀਜਿਆ ਸੀ ਉਹ ਇਹ ਜ਼ਬਾਨ ਨਾਲ ਬੀਜਿਆ ਸੀ ਤੇ ਗੌਤਮ ਰਿਖੀ ਵਰਗਿਆਂ ਨੂੰ ਤੂੰ ਦਾਨ ਕੀਤਾ ਕੱਪੜਾ ਉਹ ਜਿਹੜਾ ਤੂੰ ਕੱਪੜਾ ਦਾਨ ਕੀਤਾ ਸੀ ਉਹ ਤੇਰਾ ਢੇਰ ਬਣ ਕੇ ਉੱਗਿਆ ਹੱਥੀ ਕੀਤਾ ਦਾਨ ਮੂੰਹ ਦਾ ਕੀਤਾ ਦਾਨ ਅੱਖੀ ਕੀਤਾ ਦਾਨ ਤਾਂ ਹੀ ਸਤਿਗੁਰਾਂ ਕਿਹਾ ਅੱਖੀ ਸੂਤਕ ਵੇਖਣਾ ਪਰ ਤਿਰਿਆ ਪਰ ਤਨ ਰੂਪ ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਚੁਗਰੀਆਂ ਵੀ ਕਿਹਾ ਜੀ ਨਾਨਕ ਹੰਸਾ ਆਦਮੀ ਬਦੇ ਇਹਨਾਂ ਗੱਲਾਂ ਚ ਆਂਦੇ ਆਪਣੇ ਗਿਆਨ ਇੰਦਰੀਆਂ ਤੋਂ ਦਾਨ ਕਰੀ ਅੱਗੇ ਜਾ ਕੇ ਵਧਣਾ ਹੀ ਤੇ ਮਤ ਸੋਚੀ ਵੀ ਮੈਂ ਮਾਲਾ ਵੀ ਫੇਰ ਲਈ ਮੈਂ ਬਾਣੀ ਵੀ ਪੜ ਲਈ ਮੈਂ ਨਹਾ ਵੀ ਲਿਆ ਇਹ ਤੇ ਕੁਝ ਘੰਟੇ ਕੀਤਾ ਚਾਰ ਤੋਂ ਨੌ ਦਸ ਗਿਆਰਾਂ ਕਰ ਲਿਆ ਹੋਏਗਾ ਬਾਕੀ ਘੰਟੇ ਕੀ ਕੀਤਾ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਸਾਹਿਬ ਲੇਖਾ ਮੰਗਸੀ ਦੁਨੀਆ ਦੇਖ ਨਾ ਮਤ ਭੁੱਲੋ ਬਈ ਉਹਨੇ ਵਹੀ ਲਾਈ ਏ ਜਿੰਨੇ ਦੇਣੇ ਹੁੰਦੇ ਨੇ ਨਾ ਜਿਹਨੇ ਕਿਸੇ ਨੂੰ ਪੈਸੇ ਦੇਣੇ ਹੁੰਦੇ ਨੇ ਉਹ ਤੇ ਭੁੱਲ ਜਾਏਗਾ ਜਿਹਨੇ ਲੈਣੇ ਹੁੰਦੇ ਜਿਹੜਾ ਉਹਦੇ ਚ ਭੁੱਲਦਾ ਤੇ ਜਿਹਨੇ ਤੁਹਾਤੋਂ ਲੇਖਾ ਲੈਣਾ ਨਾ ਉਹ ਨਹੀਂ ਭੁੱਲੇਗਾ ਤੁਹਾਨੂੰ ਭੁੱਲੀਆਂ ਵੀ ਚੇਤੇ ਕਰਾਏਗਾ ਵੀ ਯਾਰ ਤੈਨੂੰ ਦੱਸਾਂ ਤੂੰ ਕਦੋਂ ਕੀ ਕੀਤਾ ਸੀ ਫਰੀਦਾ ਲੋੜੇ ਦਾਖ ਬਿਜੋਰੀਆਂ
ਸਾਧ ਸੰਤ ਕਰਦੇ ਹੋ ਵੱਡੀ ਬਖਸ਼ਿਸ਼ ਹੈ ਅੱਜ ਡਾਕਟਰ ਅਮਰਜੀਤ ਸਿੰਘ ਜੀ ਕੂਕਾ ਡਾਕਟਰ ਰਵਿੰਦਰ ਸਿੰਘ ਜੀ ਕੂਕਾ ਮੈਂ ਇੱਥੇ ਅਰਜ ਕਰਾਂ ਡਾਕਟਰ ਦੀ ਡਿਗਰੀ ਵੀ ਬੜੀ ਕਿਰਪਾ ਹੈ ਪਰ ਜਿਹਨੂੰ ਕੂਕੇ ਦੀ ਡਿਗਰੀ ਮਿਲ ਜਾਏ ਤਾਂ ਉਹਦੀ ਤੇ ਗੱਲ ਹੀ ਕਿਆ ਹੈ ਹੈ ਬੜੀ ਬਖਸ਼ਿਸ਼ ਹੋਵੇ ਤੇ ਫਿਰ ਇਹ ਗੁਰੂ ਰਾਮ ਸਿੰਘ ਦੇ ਪੰਥ ਦੀ ਦਿੱਤੀ ਡਿਗਰੀ ਮਿਲਦੀ ਹੈ ਬੜੇ ਤੁਸੀਂ ਕਿਰਪਾ ਦੇ ਪਾਤਰ ਹੋ ਸੰਗਤ ਕੀਤੀ ਹੈ ਸਾਧ ਸੰਗਤ ਦੇ ਰੂਪ ਵਿੱਚ ਇਕੱਠਿਆਂ ਕੀਤਾ ਹੈ ਹਰ ਜਸ ਹੋਇਆ ਹੈ ਸਤਿਗੁਰੂ ਜੀ ਮਿਹਰ ਬਖਸ਼ ਕਰਨ ਅਸੀਂ ਬੀਜਿਆ ਉਹ ਉੱਗੇ ਉਹ ਝੋਲੇ ਭਰ ਕੇ ਆਪਣੇ ਘਰਾਂ ਨੂੰ ਖੜੀਏ ਮੰਨ ਕੇ ਮੰਨਣਾ ਕੀ ਹੈ ਚੁਗਲੀ ਨਹੀਂ ਕਰਨੀ ਨਿੰਦਾ ਨਹੀਂ ਕਰਨੀ ਬੁਰੇ ਦਾ ਵੀ ਭਲਾ ਮੰਗਣਾ ਹੈ ਬੜੀ ਵਾਰ ਹੋ ਜਾਂਦਾ ਹੈ ਫਲਾਣੇ ਮੈਨੂੰ ਗੱਲ ਆਖੀ ਮੈਂ ਤੇ ਨਿਆਂ ਕਰਨਾ ਹੀ ਕਰਨਾ ਹੈ ਤੇ ਫਿਰ ਗੁਰੂ ਰਾਮ ਸਿੰਘ ਜੀ ਤੇ ਆਖਿਆ ਤੁਸਾਂ ਨੂੰ ਕੋਈ ਮਾਰੇ ਤੁਸਾਂ ਤਾਂ ਵੀ ਖਿਮਾ ਕਰਨੀ ਤੁਸਾਂ ਦਾ ਰੱਛਕ ਤੇ ਫਿਰ ਤੁਸੀਂ ਆਪੇ ਨਿਆਂਕਰ ਬਣੇ ਬੈਠੇ ਤੇ ਉਹ ਵਿਚਾਰਾ ਕੀ ਕਰੇ ਉਹਦਾ ਕਰੀ ਜਾ ਲੱਗਾ ਰਹੋ ਨਾ ਵੇੜਾ ਉੱਧਰ ਤੱਕ ਗੁਰੂ ਤੇ ਛੱਡ ਦਿਆ ਕਰੋ ਲੜਿਆ ਨਾ ਕਰੋ ਕੋਸ਼ਿਸ਼ ਕਰੀਏ ਆਪਾਂ ਸਾਰੇ ਮੈਂ ਕੋਈ ਇੱਥੇ ਨਹੀਂ ਵੀ ਸਿਖਾਉਣ ਆਇਆ ਮੈਂ ਕਹਿੰਦਾ ਤੁਹਾਨੂੰ ਪਿਆ ਤਾਂ ਸਮਝਾਉਣ ਮਨ ਨੂੰ ਪਿਆ ਵੀ ਮੈਂ ਕਿਤੇ ਆਹੋ ਤੇ ਇਹ ਕਿਰਪਾ ਹੋਵੇ ਹੁਣੇ ਮੈਨੂੰ ਗੁਰਸੇਵ ਜੀ ਨੇ ਯਾਦ ਕਰਾਇਆ ਵੀ ਅੱਜ ਅੰਗਰੇਜ਼ੀ ਦਾ ਨਵਾਂ ਸਾਲ ਹੈ ਤੇ ਕਿਰਪਾ ਕਰੋ ਇਸ ਅੰਗਰੇਜ਼ੀ ਦੇ ਨਵੇਂ ਸਾਲ ਵਿੱਚ ਮੇਰੀਆਂ ਕਈ ਕਾਮਨਾਵਾਂ ਨੇ ਕਿ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਸਕੀਏ ਹੈ ਆਪਣੇ ਬੱਚਿਆਂ ਨੂੰ ਉਪਦੇਸ਼ ਸਤਿਗੁਰਾਂ ਕੀਤਾ ਗੁਰੂ ਰਾਮ ਸਿੰਘ ਦਾ ਹੁਕਮਨਾਮਾ ਆਇਆ ਕਿ ਭਾਈ ਜਪਜੀ ਸਾਹਿਬ ਜਾਪ ਸਾਹਿਬ ਸੋਰੀ ਜਪਜੀ ਸਾਹਿਬ ਦੇ ਰਹਿ ਰਾਸ ਤੇ ਕੀਰਤਨ ਸੋਲਾ ਇਤਨੀ ਤਾਂ ਜ਼ਰੂਰ ਕੰਠ ਕਰਨੀ ਇਹ ਨਵੇਂ ਸਾਲ 'ਚ ਇਹਦੇ ਕਰੀਏ ਇਹ ਨਹੀਂ ਵੀ ਨਵਾਂ ਸਾਲ ਤੈਨੂੰ ਵਧਾਈ ਤੂੰ ਵੱਧ ਮੈਂ ਵਧਾਂ ਕੁਝ ਕਰੀਏ ਹਿਸਾਬ ਲਾਈਏ ਵੀ ਪਿਛਲਾ ਪੁਰਾਣਾ ਚਲਾ ਗਿਆ ਤੇ ਜਿਉਂ ਵਿਚਾਰਾ ਚਲਾ ਗਿਆ ਤੇ ਰਹਿਣ ਵੀ ਕੋਈ ਨਹੀਂ ਤੇ ਕੋਈ ਚੱਜਦਾ ਕਰਕੇ ਜਾਈਏ
ਕੁਝ ਨਵਾਂ ਉਲੀਕੀਏ ਕੋਈ ਸਿੱਖੀ ਵਾਸਤੇ ਉਲੀਕੀਏ ਕੋਈ ਕੌਮ ਪੰਥ ਵਾਸਤੇ ਉਲੀਕੀਏ ਗੁਰੂ ਮੇਰ ਕਰੇ ਨਵਾਂ ਸਾਲ ਅੰਗਰੇਜ਼ ਕੋਈ ਮੈਨੂੰ ਇੱਕ ਸੱਜਣਾ ਦੇ ਵੀ ਅੰਗਰੇਜ਼ੀ ਦੇ ਨਵੇਂ ਸਾਲ ਨੂੰ ਕੀ ਮਨਾਉਣਾ ਹੋਇਆ ਮੈਂ ਸਾਰੀ ਸਾਰਾ ਸਾਲ ਦੇ ਉਹਨੂੰ ਹੀ ਮਨਾਉਂਦੇ ਹੋ ਮਾਰਚ ਚਾਹ ਅਪ੍ਰੈਲ ਚਾਹ ਮਈ ਚਾਹ ਜੂਨ ਚਾਹ ਦੇਸੀ ਤੇ ਵਿਚਾਰਾ ਚੇਤਾ ਹੀ ਨਹੀਂ ਕਿਸੇ ਨੂੰ ਤੇ ਘੱਟੋ ਘੱਟ ਜਿਹਦੇ ਨਾਲ ਵਰਤਣ ਡਏ ਉਹਦੇ ਨਾਲ ਚੰਗੀ ਤਰ੍ਹਾਂ ਵਰਤ ਲਓ ਹੈ ਜਦੋਂ ਸਾਰਾ ਸਾਲ ਤੈਨੂੰ ਵਰਤ ਲਿਆ ਤੇ ਜਦੋਂ ਇਹਨੇ ਚੜ੍ਹਨਾ ਉਦੋਂ ਆਖਣਾ ਅਸੀਂ ਸਾਡਾ ਨਵਾਂ ਇਸ ਸਾਲ ਨਾਲ ਕੀ ਲੈਣ ਦੇਣ ਤੇ ਪੂਰਾ ਸਾਲ ਤੇ ਇਸੇ ਗਰੀਬ ਨੂੰ ਵਰਤਿਆ ਜੇ ਤੁਹਾਨੂੰ ਸਾਰਿਆਂ ਨੂੰ ਸਤਿਗੁਰ ਕਿਰਪਾ ਕਰੇ ਨਵਾਂ ਸਾਲ ਖੁਸ਼ੀਆਂ ਭਰਿਆ ਬਤੀਤ ਹੋਵੇ ਚੜ੍ਹਦੀ ਕਲਾ 'ਚ ਸਤਿਗੁਰ ਹਮੇਸ਼ਾ ਸਾਰੀ ਸੰਗਤ ਨੂੰ ਰੱਖੇ ਪਰ ਨਾਮ ਜਪਦਿਆਂ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਕੁਝ ਸਿੱਖਦਿਆਂ ਇਹ ਸਮੇਂ ਬਤੀਤ ਕਰੀਏ ਕਿਉਂਕਿ ਅਸੀਂ ਸਿੱਖ ਹਾਂ ਤੇ ਸਾਡਾ ਹਮੇਸ਼ਾ ਹੀ ਸਿੱਖਣਾ ਫਰਜੇ ਮਾਈ ਭਾਈ ਕਿਰਪਾ ਕਰੋ ਜਿਸ ਰਹਿਬਰ ਜਿਸ ਦੀ ਕਿਰਪਾ ਤੇ ਜਿਸ ਦੀ ਬਖਸ਼ਿਸ਼ ਦੇ ਨਾਲ ਪੁਰਾਣੇ ਚੋਂ ਨਵੇਂ ਸਾਲ ਵਿੱਚ ਅੱਜ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਾਂ ਉਸ ਮਹਾਨ ਸਤਿਗੁਰੂ ਦਾ ਧੰਨਵਾਦ ਕਰੋ ਜਿਹਨੇ ਸਾਨੂੰ ਸਵਾਸਾਂ ਦੀ ਪੂੰਜੀ 2023 ਵੇਖਣ ਨੂੰ ਦੇ ਦਿੱਤੀ ਹੈ ਇੱਕ ਵਾਰ ਆਖੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਤੋਂ ਮੈਂ ਜ਼ਿਆਦੀਆਂ ਅਰਜ਼ਾਂ ਨਹੀਂ ਕਰਨੀਆਂ ਇੱਥੇ ਬੋਲਦਿਆਂ ਮੇਰੇ ਤੋਂ ਕੋਈ ਚੂਕ ਹੋ ਗਈ ਹੋਏ ਕੋਈ ਭੁੱਲ ਹੋ ਗਈ ਹੋਏ ਸਾਧ ਸੰਗਤ ਕਿਰਪਾ ਕਰੇ ਸਤਿਗੁਰੂ ਜੀ ਸਦਾ ਹੀ ਬਖਸ਼ਿੰਦ ਨੇ ਉਹ ਬਖਸ਼ ਦੇਣ ਤੋਂ ਬਹੁਤ ਬਹੁਤ ਧੰਨਵਾਦ ਹੈ ਪ੍ਰਬੰਧਕ ਵਰਗ ਦਾ ਪਰਿਵਾਰ ਵਰਗ ਦਾ ਸੂਬਾ ਜੀ ਸੂਬਾ ਹਰਭਜਨ ਸਿੰਘ ਜੀ ਹੁਣਾਂ ਦਾ ਜਿਨ੍ਹਾਂ ਨੇ ਬੜੀ ਕਿਰਪਾ ਬਖਸ਼ੀ ਸਾਰਿਆਂ ਰਲ ਮਿਲ ਕੇ ਕੀਤੀ ਹੈ ਐਡਾ ਸੁੰਦਰ ਮਾਹੌਲ ਬਣਿਆ ਕਿਆ ਸੁੰਦਰ ਸੰਗਤ ਬੈਠੀ ਹੈ ਗੁਰੂ ਮੇਹਰ ਕਰੇ ਅਸੀਂ ਸਦਾ ਹੀ ਇੱਥੇ ਜੁੜੇ ਰਹੀਏ ਸਦਾ ਹੀ ਉਹਨਾਂ ਦੇ ਚਰਨਾਂ 'ਚੋਂ ਰਸ ਲੈਂਦੇ ਰਹੀਏ ਇੰਨੀਆਂ ਅਰਜ਼ਾਂ ਨੇ ਅੱਜ ਤੇ ਕਿਰਪਾ ਹੋਈ ਹੈ ਗਿਆਨੀ ਜੀ ਵੀ ਦਰਸ਼ਨ ਦਿੱਤੇ ਨੇ ਪਿਛਲੇ ਦੀਵਾਨ 'ਚ ਗਿਆਨੀ ਜੀ ਦਾ ਦਰਸ਼ਨ ਨਹੀਂ ਸੀ ਹੋਇਆ ਇਹ ਝੁੰਬਲ ਮਾਟਾ ਮਾਰ ਕੇ ਬਹਿ ਗਿਆਨੀ ਜੀ ਤੁਹਾਡਾ ਚੇਤਾ ਤਾਂ ਭੁੱਲ ਗਿਆ ਤੁਸੀਂ ਉੱਠ ਕੇ ਨਹੀਂ ਆਏ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਉਹੀਆਂ ਭੁੱਲਾਂ ਦੀ ਮੁਆਫੀ ਸਮੂਹ ਸੰਗਤ ਦਾ ਧੰਨਵਾਦ ਸਤਿ ਸ੍ਰੀ ਅਕਾਲ